ਉਹਨੂੰ ਅੱਕ ਸਾਉਂਦਾ ਉਹਨੂੰ ਦੱਸ ਕਿ ਤੇਰਾ ਬਚਾਓ ਕਿਹੜੀ ਗੱਲ ਵਿੱਚ ਹੈ। ਪਰ ਮੇਰੇ ਅਸੀਂ ਮੈਂ ਦੱਸਣਾ ਚਾਹੁੰਦਾ ਪਰਮੇਸ਼ਵਰ ਬੋਲਿਆ ਸੀ ਆਦਮ ਤੇ ਹਵਾ ਨਾਲ, ਬੋਲਿਆ ਸੀ ਨੂਹ ਦੇ ਨਾਲ। ਜਦੋਂ ਪਰਮੇਸ਼ਵਰ ਨੇ ਜਲ ਪਰਮਾਤਮਾ ਸੰਸਾਰ ਨੂੰ ਨਸ਼ਟ ਕਰਨ ਦਾ ਸੋਚਿਆ ਤੇ ਮੇਰੇ ਅਜ਼ੀਜ਼ ਭੈਣ ਭਰਾਵੋ ਉਹਨੇ ਆਪਣੇ ਬੰਦੇ ਨੂਹ ਨਾਲ ਗੱਲ ਕੀਤੀ, ਆਪਣੇ ਬੰਦੇ ਨੂਹ ਨੂੰ ਉਹਦੇ ਪਰਿਵਾਰ ਨੂੰ ਬਚਾਉਣ ਲਈ ਉਹਨੇ ਇੱਕ ਉਹਨੂੰ ਜੁਗਤ ਦੱਸੀ ਕਿ ਜੇ ਤੂੰ ਏਦਾਂ ਕਰੇ ਤੇ ਤੂੰ ਔਰ ਤੇਰਾ ਪਰਿਵਾਰ ਵੀ ਬਚ ਸਕਦਾ। ਅੱਜ ਉਹ ਮੇਰਾ ਪਰਮੇਸ਼ਵਰ ਮੈਨੂੰ ਤੁਹਾਨੂੰ ਸਭ ਨੂੰ ਬਚਾਉਣਾ ਚਾਹੁੰਦਾ। ਸੋ ਜੇ ਬਚਣਾ ਚਾਹੁੰਦੇ ਹੋ ਤੇ ਅੱਜ ਉਹਦੀਆਂ ਗੱਲਾਂ ਨੂੰ ਗ੍ਰਹਿਣ ਕਰਨਾ ਪਵੇਗਾ, ਉਹਦੀਆਂ ਗੱਲਾਂ ਦੇ ਮੁਤਾਬਕ ਚੱਲਣਾ ਪਵੇਗਾ, ਜੋ ਉਹ ਕਹਿੰਦਾ ਉਹ ਸਾਨੂੰ ਕਰਨਾ ਪਵੇਗਾ। ਨੂੰਹ ਨੂੰ ਕਿਹਾ ਤੂੰ ਆਪਣੇ ਬਚਾਓ ਲਈ, ਆਪਣੇ ਪਰਿਵਾਰ ਦੇ ਬਚਾਓ ਲਈ ਇੱਕ ਕਿਸ਼ਤੀ ਬਣਾ ਲੈ। ਸੋ ਮੇਰੇ ਅਜੀ ਜੋ ਉਹ ਪਰਮੇਸ਼ਵਰ ਅੱਜ ਵੀ ਸਾਡੇ ਬਚਾਉਣ ਦੇ ਲਈ ਸਾਡਾ ਗੱਲਾਂ ਕਰਦਾ, ਸਾਨੂੰ ਬਚਣ ਦੀਆਂ ਯੋਜਨਾਵਾਂ ਦੱਸਦਾ ਅਸੀਂ ਕਿੱਦਾਂ ਬਚਾਂਗੇ। ਤੇ ਸੋ ਮੇਰੇ ਅਜੀ ਜੋ ਮੈਂ ਦੱਸ ਰਿਹਾ ਉਸ ਸਮੇਂ ਵੀ ਜਿੱਦਾਂ ਲੋਕਾਂ ਨੇ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣਿਆ ਤੇ ਉਹਨੂੰ ਮੰਨਿਆ ਤੇ ਪੂਰਾ ਕੀਤਾ ਉਹ ਬਚ ਗਏ, ਪਰ ਜਿਨ੍ਹਾਂ ਨੇ ਸੁਣ ਕੇ ਅਣਸੁਣਿਆ ਕੀਤਾ ਤੇ ਨਾ ਮੰਨਿਆ ਸਗੋਂ ਆਪਣੇ ਆਪ ਨੂੰ ਸਖ਼ਤ ਕੀਤਾ ਤੇ ਉਹ ਲੋਕ ਖਤਮ ਹੋ ਗਏ। ਤੇ ਸੋ ਮੇਰੇ ਅਜੀ ਭੈਣ ਪ੍ਰਭੂ ਖੁਦਾ ਤੁਹਾਨੂੰ ਆਸ਼ੀਸ਼ ਦੇਵੇ ਅੱਜ ਵੀ ਸਮਾਂ ਕਿ ਅਸੀਂ ਪਰਮੇਸ਼ਵਰ ਦੀ ਆਵਾਜ਼ ਨੂੰ ਸੁਣੀਏ। ਤੇ ਸੋ ਮੇਰੇ ਅਜੀ ਜੋ ਆਓ ਅਕੈਤ ਪੜਾਂਗੇ ਉਤਪਤੀ ਦੀ ਕਿਤਾਬ ਉਹਦੇ 8 ਬਾਬ ਦੀ 15 ਤੇ 16 ਐਤ ਨੂੰ। ਸੋ ਮੇਰੇ ਅਜੀ ਜੋ ਕਿਉਂਕਿ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਹਮੇਸ਼ਾ ਗੱਲ ਕਰਦਾ ਚਾਹਵਾਨ ਰਹਿੰਦਾ, ਕਿਉਂਕਿ ਪਰਮੇਸ਼ਵਰ ਕਿਸੇ ਦਾ ਵੀ ਨਾਸ ਨਹੀਂ ਕਰਨਾ ਚਾਹੁੰਦਾ। ਪਰ ਅੱਜ ਜੇ ਨਾਸ ਹੋ ਰਹੇ ਨੇ ਲੋਕ ਮੇਰੇ ਅਜੀ ਜੋ, ਅੱਜ ਜੇ ਬਰਬਾਦੀ ਵੱਲ ਜਾ ਰਹੇ ਨੇ ਲੋਕ, ਅੱਜ ਜੇ ਮੌਤ ਦੇ ਮੂੰਹ ਵਿੱਚ ਜਾ ਰਹੇ ਲੋਕ, ਉਹਦਾ ਕਾਰਨ ਸਿਰਫ ਤੇ ਸਿਰਫ ਇੱਕੋ ਹੈ ਕਿ ਉਹ ਅਣਫੁਰਮਾਨੀ ਦਾ ਕਰਕੇ ਜਾ ਰਹੇ ਨੇ, ਨਾ ਮੰਨਣ ਦੇ ਕਰਕੇ ਨਾਸ ਹੁੰਦੇ ਜਾਂਦੇ ਨੇ, ਨਾ ਮੰਨਣ ਦੇ ਕਰਕੇ ਮੇਰੇ ਅਜੀ ਜੋ ਅੱਜ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ। ਪਰ ਜਿਨ੍ਹਾਂ ਨੇ ਉਦੋਂ ਵੀ ਮੰਨ ਲਿਆ ਉਹ ਮੌਤ ਤੋਂ ਬਚ ਨਿਕਲੇ, ਪਰ ਅੱਜ ਜਿਹੜੇ ਲੋਕ ਮੰਨਣਗੇ ਉਹ ਵੀ ਮੌਤ ਤੋਂ ਬਚ ਜਾਣਗੇ। ਪੜਾਂਗੇ ਖੁਦਾ ਤੁਹਾਨੂੰ ਆਸ਼ੀਸ਼ ਦੇਵੇਗਾ। ਉਤਪਤੀ ਕਿਤਾਬ 8:15 ਐ ਤਦ ਪਰਮੇਸ਼ਵਰ ਨੂਹ ਨਾਲ ਬੋਲਿਆ, ਤਦ ਪਰਮੇਸ਼ਵਰ ਨੂਹ ਦੇ ਨਾਲ ਬੋਲਿਆ ਕਿ ਕਿਸ਼ਤੀ ਵਿੱਚੋਂ ਨਿਕਲ ਜਾ। ਹਾਲੇਲੂਯਾ ਹਾਲੇਲੂਯਾ। ਇੱਕ ਸਮਾਂ ਸੀ ਜਦੋਂ ਪਰਮੇਸ਼ਵਰ ਨੇ ਕਿਹਾ ਕਿ ਕਿਸ਼ਤੀ ਵਿੱਚ ਚਲਾ ਜਾ, ਕਿਉਂਕਿ ਪਰਮੇਸ਼ਵਰ ਨੇ ਕਿਸ਼ਤੀ ਵਿੱਚ ਜਾਣ ਨੂੰ ਕਿਉਂ ਕਿਹਾ, ਉਹਨੂੰ ਪਤਾ ਸੀ ਕਿ ਆਫ਼ਤ ਆਉਣ ਵਾਲੀ ਆ, ਤੂੰ ਬਚ ਜਾ। ਆਫ਼ਤ ਬੀਤ ਗਈ, ਸਮਾਂ ਬੀਤ ਗਿਆ, ਆਫ਼ਤ ਟਲ ਗਈ। ਅੱਜ ਪਰਮੇਸ਼ਵਰ ਉਤਪਤੀ ਕਿਤਾਬ 8:15-16 ਚ ਕੀ ਕਰਿਆ ਪੜਾਂਗੇ। ਖੁਦਾ ਆਸ਼ੀਸ਼ ਦੇਵੇਗਾ ਕਿ ਕਿਸ਼ਤੀ ਵਿੱਚੋਂ ਨਿਕਲ ਜਾ। ਨੂਹ ਨੂੰ ਪਰਮੇਸ਼ਵਰ ਨੇ ਕਿਹਾ ਹੁਣ ਤੂੰ ਕਿਸ਼ਤੀ ਦੇ ਵਿੱਚੋਂ ਨਿਕਲ ਜਾ, ਤੂੰ ਔਰ ਤੇਰੀ ਤੀਵੀਂ, ਤੂੰ ਔਰ ਤੇਰੀ ਤੀਵੀਂ, ਤੇਰੇ ਪੁੱਤਰ ਔਰ ਤੇਰੀਆਂ ਨੂੰਹਾਂ ਵੀ, ਤੇਰੇ ਤੇ ਤੇਰੀਆਂ ਨੂੰਹਾਂ ਵੀ, ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ, ਹਰ ਇੱਕ ਜਾਨਵਰ ਜਿਹੜਾ ਤੇਰੇ ਕੋਲ ਸਾਰੇ ਸਰੀਰਾਂ ਵਿੱਚੋਂ ਹੈ, ਸਾਰੇ ਸਰੀਰ ਦਾ ਵਿੱਚੋਂ ਹੈ, ਅਰਥਾਤ ਪੰਛੀ ਔਰ ਡੰਗਰ ਔਰ ਧਰਤੀ ਉੱਪਰ ਕਿਸਰਨ ਵਾਲੇ ਨੂੰ। ਹਾਲੇਲੂਯਾ ਹਾਲੇਲੂਯਾ ਬਲੰਗ ਹਾਲੇਲੂਯਾ ਹਾਲੇਲੂਯਾ। ਇਹ ਪਰਮੇਸ਼ਰ ਕਹਿੰਦਾ ਨਾ ਕਿ ਤੁਸੀਂ ਬਹਿ ਜਾਓ ਤਾਂ ਸਾਨੂੰ ਬਹਿਣਾ ਚਾਹੀਦਾ, ਜੇ ਪਰਮੇਸ਼ਰ ਕਹਿੰਦਾ ਤੁਰੋ ਸਾਨੂੰ ਤੁਰਨਾ ਚਾਹੀਦਾ, ਜੇ ਪਰਮੇਸ਼ਰ ਕਹਿੰਦਾ ਕਿ ਤੁਸੀਂ ਕਰੋ ਦਵਾਵਾਂ ਤਾਂ ਸਾਨੂੰ ਕਰਨੀਆਂ ਚਾਹੀਦੀਆਂ। ਪਰ ਮੇਰੇ ਅਜੀਜ਼ ਭੈਣ ਭਰਾਵੋ ਬਹੁਤ ਸਾਰੇ ਲੋਕ ਅੱਜ ਵੀ ਰੱਬ ਦੀ ਆਵਾਜ਼ ਨੂੰ ਨਾ ਸੁਣ ਕੇ ਅਣਸੁਣੀਆਂ ਕਰਕੇ ਮੁਸ਼ਕਲਾਂ ਵਿੱਚ ਨੇ, ਪਰੇਸ਼ਾਨੀਆਂ ਦੇ ਵਿੱਚ ਨੇ, ਕਸ਼ਟਾਂ ਦੇ ਵਿੱਚ ਨੇ ਤੇ ਭੌਂਜਲਾਂ ਦੇ ਵਿੱਚ ਨੇ। ਪਰ ਮੇਰੇ ਅਜੀਜ਼ ਭੈਣ ਭਰਾਵੋ ਮੈਂ ਦੱਸਣਾ ਚਾਹੁੰਦਾ ਕਿ ਪਰਮੇਸ਼ਵਰ ਆਪਣੇ ਲੋਕਾਂ ਨਾਲ ਬੋਲਦਾ, ਆਪਣੇ ਲੋਕਾਂ ਨਾਲ ਗੱਲਾਂ ਕਰਦਾ। ਸੋ ਮੇਰੇ ਅਜੀ ਜੋ ਮੈਂ ਦੱਸ ਰਿਹਾ ਕਿ ਇੱਕ ਸਮਾਂ ਸੀ ਜਦੋਂ ਪਰਮੇਸ਼ਵਰ ਖੁਦ ਆਪ ਬੋਲਦਾ ਸੀ ਇਨਸਾਨ ਦੇ ਨਾਲ। ਜਦੋਂ ਅਸੀਂ ਉਤਪਤੀ ਕਿਤਾਬ ਉਹਦੇ 12 ਬਾਬ ਦੀ 1 ਐਤ ਨੂੰ ਪੜ੍ਹਦੇ ਹਾਂ ਤੇ ਸੋ ਮੇਰੇ ਅਜੀ ਜੋ ਜਦੋਂ ਇਬਰਾਹਿਮ ਆਸ਼ੀਸ਼ ਤੋਂ ਖਾਲੀ ਸੀ, ਆਪਣੇ ਘਰ ਵਿੱਚ ਔਲਾਦ ਤੋਂ ਬੇ ਔਲਾਦ ਸੀ, ਪਰ ਮੇਰੇ ਅਜੀਜ਼ ਭੈਣ ਭਰਾਵੋ ਉਦੋਂ ਪਰਮੇਸ਼ਵਰ ਨੇ ਇਬਰਾਹਿਮ ਦੇ ਨਾਲ ਗੱਲ ਕੀਤੀ ਤੇ ਇਬਰਾਹਿਮ ਨੂੰ ਕਿਹਾ ਕੀ ਕਿਹਾ ਪੜਾਂਗੇ। ਤਦ ਯਹੋਵਾ ਨੇ ਅਬਰਾਹਿਮ ਨੂੰ ਆਖਿਆ, ਯਹੋਵਾ ਨੇ ਇਬਰਾਹਿਮ ਨੂੰ ਆਖਿਆ, ਤੂੰ ਆਪਣੇ ਦੇਸ਼ ਤੋਂ ਔਰ ਆਪਣੇ ਸਾਕਾਂ ਤੋਂ, ਤੂੰ ਆਪਣੇ ਦੇਸ਼ ਔਰ ਆਪਣੇ ਸਾਕਾਂ ਤੋਂ ਔਰ ਆਪਣੇ ਪਿਤਾ ਦੇ ਘਰ ਤੋਂ, ਆਪਣੇ ਪਿਤਾ ਦੇ ਘਰ ਤੋਂ ਉਸ ਦੇਸ਼ ਨੂੰ ਜਾ ਜੋ ਮੈਂ ਤੈਨੂੰ, ਦੇਸ਼ ਨੂੰ ਜਾ ਜੋ ਮੈਂ ਤੈਨੂੰ ਦਿਖਾਵਾਂਗਾ ਦਿਖਾਵਾਂਗਾ। ਅੱਜ ਮੇਰੇ ਅਜੀ ਜੋ ਖੁਦਾ ਸਾਨੂੰ ਕੀ ਦਿਖਾਉਂਦਾ, ਕੀ ਸਿਖਾਉਂਦਾ, ਅੱਜ ਅਸੀਂ ਕੀ ਕਰਦੇ ਹਾਂ ਤੇ ਕੀ ਦੇਖਦੇ ਹਾਂ। ਸੋ ਮੇਰੇ ਅਜੀ ਜੋ ਮੁਬਾਰਕ ਨੇ ਉਹ ਇਨਸਾਨ ਜੋ ਉਸ ਪਰਮੇਸ਼ਵਰ ਦੇ ਕਹੇ ਹੋਏ ਸ਼ਬਦਾਂ ਦੇ ਅਨੁਸਾਰ ਚੱਲਦੇ ਨੇ, ਜੋ ਪਰਮੇਸ਼ਵਰ ਵਿਖਾਉਂਦਾ ਤੇ ਉਹ ਕਰਦੇ ਨੇ। ਸੋ ਮੇਰੇ ਅਜੀਜ਼ ਭੈਣ ਪ੍ਰਭੂ ਇਬਰਾਹਿਮ ਨੂੰ ਪਰਮੇਸ਼ਵਰ ਨੇ ਕਿਹਾ ਤੂੰ ਆਪਣੇ ਸਾਕਾਂ ਅਨੁਸਾਰ
अपने पिता के घराने छ अपने शहर छ जिधर मैं तेन कह रहा तू उधर चल जो मैं तेन दिखावगा तू वो कर सो पर अज गौर करना असि की वेखते हैं तो की करते हैं परमेश्वर सानू की करना चाहता है परमेश्वर सानू की दिखाना चाहता है तो अज असी की देखते हैं सो मेरे अजी भैन प्रभु मैं दसना चाहना बार बार गल कहांगा क्योंकि परमेश्वर समय के मुताबिक समय समय के नाल बोलन दे मेरे अजी जो जो तरीके ने बदलते गए समा से जो परमेश्वर रूबरू गल करता है अपने लोगों खुद आप गल करता है एक समा आया जो परमेश्वर ने अपने दूतों को भेजा तो अपने लोगों गल कीतियां अपने लोगों को अपना सुनेहा पहुँचाया तो सो मेरे अजी जो खुदा तुम आशीष दे मैं दसना चाहना क्या असं परमेश्वर की आवाज़ सुनते हैं या फिर किसी इंसान की सो मेरे अजी जो असं अपनी मर्जी ना चलते हैं या परमेश्वर की मर्जी के मुताबिक चलते हैं मैं बार बार गल कहांगा जिहड़े उस समय में भी परमेश्वर की आवाज़ में सुनते सी तो उहदे मुताबिक चलते रहे मेरे अजी जो वो मुसीबतों तो बचे रहे पर जिन्हां लोगों ने ना सुनिया सुन के अणसुणिया किया अपनी मर्जी की मेरे अजी जो वो अपन मर्जियों के करके मुसीबतों में पै गए गौर करना कि अज असी उस प्रभु परमेश्वर की मर्जी न चलते हैं कि जां फिर अपन मर्जियां जो कुछ चंगा लगता करते हैं पर मेरे अजी जो हर इंसान की अपनी मर्जी मुसीबत लैके जाती है पर जेडे इंसान अपने बाप की मर्जी के चलते हैं सो मेरे अजी जो वो परमेश्वर उन्होंने आशीष दिता तो बुलंदियों में लैके जाता है हम तुम किधरों जाना तुम्हें की करना आशीष चाहते हो बुलंदियों में जाना चाहते हो या मुसीबतों में जाना चाहते हो क्योंकि जो इंसान अपनी मर्जी ना चलता है अपनी मर्जी ना सोचता है अपनी मर्जी ना करता है मेरे अजी जो वो इंसान कदम भी सफल नहीं हो सकता पर जो जिंदे जहोवा की मर्जी चलता वचन के मुताबिक चलता परमेश्वर उन्होंने हमेशा बुलंदियों में लैके जाता उच्चा करता है तो मेरे अजी जो आस्था तो बचा है इसलिए मेरे अजी जो आओ जो कैप होर पढ़ा उत्तम की किताब वो 35 बाप की 9 ऐत को मेरे अजी जो इतने परमेश्वर ने जकूब को एक दर्शन दिता है तो मेरे अजी जो एक गल कई कारण वास्ते हाँ पढ़ा खुदा तुम आशीष देगा अपने सदा ता परमेश्वर ने यकूब नू फिर दर्शन दिता परमेश्वर ने यकूब नू फिर एक दर्शन दिता है जद ओ पदम आराम चो आया सी जद ओ पदम आराम चो आया सी और उस नू बरकत दिती ओनू बरकत दिती ता परमेश्वर ने उस नू आख्या परमेश्वर ने उस नू आख्या तेरा नाम यकूब है तेरा नाम यकूब है पर आगे नू तेरा नाम यकूब नहीं पुकारया जावेगा तेरा नाम यकूब नहीं पुकारया जावेगा हालेलुया हालेलुया क्योंकि परमेश्वर ताडे नाम दे नाल अपनी आशीष नू जिथे दर्शन नहीं उथे लोग आप हमारे हो जाते ने सो मेरे अज जो रब का दर्शन भी बड़ा जरूरी है पर अगे गल की हुई है जिन्हें लोगों के गवाहियां नहीं वह लोग डिग पेंगे ने मेरे अज जो परमेश्वर अपने दास लोगों अपने सन लोगों अपने प्रेमियों दर्शन दिता सी तो उन्होंने गल करता सी पर रब ने भी प्रेमी वो दर्शन मेरे अजी जी जो पाते गलों सुनते तो उस तरह वो करते पर जो उस तरह करते तो मेरे अजी जी जिस तरह उन्होंने दसा परमेश्वर उन्होंने बुलंदियों में लैके जाता है उचाइयों में लैके जाता है यकूब को दर्शन दिता तो गल कही कहता अर्थ तो यकूब नहीं यकूब का मतलब धोखेबाज जिन्हें तो लोग नफरत करते हो बंदा धोखा करे ना हर बंदा घर परिवार अंदरों बहरों सब लोग नफरत करते हैं क्योंकि इंसान बहुत धोखेबाज है यकूब का अर्थ है कि धोखेबाज नफरत करने वाला इंसान मेरे अज जो जिन्हें लोग नफरत करते हैं पर परमेश्वर ने कहा अज तो तू यकूब धोखेबाज नहीं बल्कि तू अज एक वड्डी कौम बन जाएगा क्योंकि तू यकूब नहीं बल्कि इसराइल कहावेगा हालेलुया हालेलुया क्योंकि मैं तुम दर्शन दिता है पर यकूब ने जो दर्शन देखा ओनू देखा गौर नाल जो किया ते सुनया कान नाल सुनया ते ओनू पूरा करना शुरू किया हालेलुया 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 जो कुछ दी किताब पूरे 3 बाप दी मेरे अजीज परमेश्वर 4 ऐत पढ़ा के मैं दसना चाहना ते 5-6-7 ऐत तुसी पढ़ोगे लगातार जिन्हां दे विच परमेश्वर खुद बोलिया अपने लोगों नाल हां यहोवा ने वेख्या कि ओह वेखण एक पासे नूं मुड़िया कदों जो परमेश्वर ने झाड़ी विचों दी अग दे द्वारा अपने बंदे मूसा नूं कुछ विखाया दर्शन दिता है ते मूसा उस नूं वेखण वास्ते अगे वधिया ते परमेश्वर ने उस झाड़ी विचों बोल के गल कही हां ता परमेश्वर ने उस झाड़ी विचों पुकार के उसनूं आख्या उस झाड़ी दे विचों पुकार के गल कही हे मूसा ए मूसा तां उस आख्या तां उन्हें आख्या मैं हाजिर हां हालेलुया हालेलुया अज बहुत सारे लोग अपने आप नूं हाजिर नहीं बल्कि आदमी तरह ते हवा दी तरह लका लैंदे ने हाजिर नहीं करदे रब बुलाउंदा है लोकी हाजिर नहीं करदे
रब के सामने पेश नहीं करते, रब के सामने नहीं लिया, क्योंकि रब के सामने गल्लां नाल नहीं आवांगे, रब के सामने उदो आवांगे जो ओहदे वचन पूरा करांगे, रब के सामने उदो आवांगे जो ओहदी आवाज सुनांगे, रब के सामने उदो आवांगे जो ओहदी आवाज नूं सुन के ओहनूं पूरा करांगे। हालेलुया, सब लंघ हालेलुया, हालेलुया। सुनते नहीं आवाज पर अपने आप नूं लुका लिया। अज बहुत सारे लोग ने जिहड़े मेरे अज जो आवाज सुन के भी अपने आप नूं लुकाउंदे ने। लुकाउण दा मतलब ते अर्थ की है कि रब दे वचन नूं ना मनना अपने आप नूं लुकाउणा हुंदा है। हालेलुया, रब दे वचन नूं ना पूरा करना अपने आप नूं लुकाउणा हुंदा है। मेरे अज जो ਉਹ ਲੋਕ ਆਪਣੇ ਆਪ ਨੂੰ ਸਮਝ ਲੈਣ ਜਿਹੜੇ ਰੱਬ ਦੀ ਆਵਾਜ਼ ਨੂੰ ਸੁਣ ਕੇ ਨਹੀਂ ਨਾ ਮੰਨਦੇ, ਉਹ ਮਤ ਸਮਝਣ ਕਿ ਅਸੀਂ ਰੱਬ ਦੇ ਸਾਹਮਣੇ ਆ, ਉਹ ਰੱਬ ਤੋਂ ਲੁਕੇ ਹੋਏ ਲੋਕ ਨੇ, ਛੁਪੇ ਹੋਏ ਲੋਕ ਨੇ। ਕਿਉਂਕਿ ਮੇਰੇ ਅੱਜ ਜੋ ਆਦਮ ਅਤੇ ਹਵਾ ਦੀ ਗੱਲ ਨੂੰ ਤੁਸੀਂ ਫਿਰ ਪੜ੍ਹ ਕੇ ਦੇਖ ਲੈਣਾ, ਕਿਉਂਕਿ ਰੱਬ ਨੇ ਬੁਲਾਇਆ ਜ਼ਰੂਰ, ਉਹਨਾਂ ਸੁਣ ਵੀ ਲਿਆ ਪਰ ਆਪਣੇ ਆਪ ਨੂੰ ਲੁਕਾ ਲਿਆ। ਕਿਉਂਕਿ ਕਹਿਣਾ ਸੀ, ਪੜ੍ਹਿਆ ਸੀ ਕਿ ਤੇਰੇ ਆਉਣ ਦੀ ਆਵਾਜ਼ ਸੁਣ ਕੇ ਅਸੀਂ ਕੀ ਹੋ ਗਏ? ਲੁਕ ਕੇ ਡਰ ਗਏ। ਹਾਲੇਲੂਇਆ, ਹਾਲੇਲੂਇਆ, ਸਭ ਲੰਘ ਹਾਲੇਲੂਇਆ। ਇਸੇ ਤਰ੍ਹਾਂ ਮੇਰੇ ਅੱਜ ਜੋ ਰੱਬ ਦੇ ਵਚਨ ਨੂੰ ਸੁਣ ਕੇ ਪੂਰਾ ਨਹੀਂ ਕਰਦਾ, ਸਮਝੋ ਕੋਈ ਉਹ ਵੀ ਉਹ ਆਦਮ ਦੀ ਹਵਾ ਦੀ ਤਰ੍ਹਾਂ ਡਰਿਆ ਤੇ ਆਪਣੇ ਆਪ ਨੂੰ ਲੁਕਾ ਕੇ ਬੈਠਾ ਹੋਇਆ, ਛੁਪ ਕੇ ਬੈਠਾ ਹੋਇਆ ਰੱਬ ਦੇ ਕੋਲ। ਪਰ ਜਿਹੜੇ ਵਚਨ ਨੂੰ ਪੂਰਾ ਕਰਦੇ ਨੇ, ਸਮਝੋ ਕਿ ਉਹੀ ਰੱਬ ਦੇ ਸਾਹਮਣੇ ਖੜੇ ਹੁੰਦੇ ਨੇ। ਹਾਲੇਲੂਇਆ, ਉਹੀ ਰੱਬ ਦੇ ਨਾਲ ਮੌਜੂਦ ਹੁੰਦੇ ਨੇ, ਉਹੀ ਰੱਬ ਦੇ ਸਾਹਮਣੇ ਮੇਰੇ ਅੱਜ ਜੋ ਖੜੇ ਹੁੰਦੇ ਨੇ। ਇਸ ਲਈ ਵਚਨ ਨੂੰ ਪੂਰਾ ਕਰਨਾ, ਉਹਦੀ ਆਵਾਜ਼ ਨੂੰ ਸੁਣਨਾ, ਸੁਣ ਕੇ ਉਹਨੂੰ ਮੰਨਣਾ, ਉਹਦੇ ਮੁਤਾਬਕ ਚੱਲਣਾ। ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਰੱਬ ਦੇ ਵਿੱਚ ਖੜੇ ਹਾਂ, ਰੱਬ ਦੇ ਵਿੱਚ ਮੌਜੂਦ ਹਾਂ, ਰੱਬ ਸਾਡੇ ਸਾਹਮਣੇ ਆ, ਉਹ ਲੋਕ ਖੁੜ ਆਪਣੇ ਆਪ ਨੂੰ ਖੜੇ ਸਮਝਣ ਜਿਹੜੇ ਵਚਨ ਨੂੰ ਪੂਰਾ ਕਰਦੇ ਨੇ। ਜਿਹੜੇ ਵਚਨ ਨੂੰ ਪੂਰਾ ਨਹੀਂ ਕਰਦੇ, ਉਹ ਸਮਝਣ ਕਿ ਆਦਮ ਤੇ ਹਵਾ ਦੀ ਤਰ੍ਹਾਂ ਅਸੀਂ ਸੁਣਦੇ ਤਾਂ ਜ਼ਰੂਰ ਹਾਂ, ਪਰ ਸੁਣ ਕੇ ਡਰ ਗਏ ਤੇ ਡਰ ਕੇ ਲੁਕੇ ਹੋਏ ਆ। ਹਾਲੇਲੂਇਆ, ਸਭ ਲੰਗ ਹਾਲੇਲੂਇਆ। ਪਰ ਇੱਥੇ ਮੂਸਾ ਨਾਲ ਜਦੋਂ ਗੱਲ ਕੀਤੀ ਪਰਮੇਸ਼ਰ ਨੇ, ਮੂਸਾ ਨੇ ਕੀ ਕਿਹਾ? ਮੈਂ ਹਾਜ਼ਰ ਹਾਂ। ਅੱਜ ਬਹੁਤ ਸਾਰੇ ਲੋਕ ਧਿਆਨ ਦੇਣ ਇਸ ਗੱਲ ਉੱਤੇ, ਬੱਚੇ ਨੂੰ ਸੁਣ ਕੇ ਕਿੰਨੇ ਲੋਕ ਹਾਜ਼ਰ ਨੇ ਤੇ ਕਿੰਨੇ ਲੋਕ ਬੇਹਾਜ਼ਰ ਨੇ, ਬਗੈਰ ਹਾਜ਼ਰ। ਜਿਹੜੇ ਬੱਚੇ ਨੂੰ ਨਹੀਂ ਨਾ ਪੂਰਾ ਕਰਦੇ, ਸੁਣਦੇ ਰਹਿੰਦੇ ਨੇ ਪਰ ਨਹੀਂ ਪੂਰਾ ਕਰਦੇ, ਉਹ ਆਪਣੇ ਆਪ ਨੂੰ ਹਾਜ਼ਰ ਮਤ ਸਮਝਣ, ਉਹ ਗੈਰ ਹਾਜ਼ਰ ਸਮਝਣ, ਉਹ ਡਰੇ ਹੋਏ ਤੇ ਖੁਦਾ ਤੋਂ ਲੁਕੇ ਹੋਏ ਲੋਕ ਸਮਝਣ ਆਪਣੇ ਆਪ। ਇਸੇ ਪਰਮੇਸ਼ਵਰ ਖੁਦ ਇਹ ਗੱਲਾਂ ਕਰਦਾ ਸੀ। ਇੱਕ ਦਿਨ ਸਮਾਂ ਆਇਆ, ਅਸੀਂ ਚੱਲਾਂਗੇ ਯਹੋਸ਼ੁਆ ਦੀ ਕਿਤਾਬ, ਜੋ ਮੈਂ ਦੱਸਣਾ ਚਾਹੁੰਦਾ, ਨੂਹ ਦਾ ਪੁੱਤਰ ਯਹੋਸ਼ੁਆ ਜਦੋਂ ਡਰਦਾ ਸੀ, ਘਬਰਾਉਂਦਾ ਸੀ, ਮੇਰੇ ਅਜ਼ੀਜ਼ ਭੈਣ ਭਰਾਵੋ, ਤੇ ਹੋਇਆ ਕਿ ਪਰਮੇਸ਼ੁਰ ਨੇ ਆਪਣੇ ਬੰਦੇ ਯਹੋਸ਼ੁਆ ਨੂੰ, ਜਿਹੜਾ ਨੂਹ ਦਾ ਪੁੱਤਰ ਯਹੋਸ਼ੁਆ, ਉਹਨੇ ਗੱਲ ਕਹੀ ਸੀ ਕਿ ਨਾ ਡਰ ਨਾ ਘਬਰ, ਮੈਂ ਤੇਰੇ ਨਾਲ ਹਾਂ। ਪਰ ਜੇ ਤੂੰ ਨਹੀਂ ਸਮਝ ਆਉਂਦੀ ਮੇਰੀਆਂ ਗੱਲਾਂ ਦੀ, ਤੇ ਜੋ ਮੇਰੇ ਦਾਸ ਮੂਸਾ ਨੇ ਤੈਨੂੰ ਗੱਲਾਂ ਸਿਖਾਈਆਂ ਸੀ, ਜੋ ਤੈਨੂੰ ਦੱਸੀਆਂ ਸੀ, ਜੋ ਤੈਨੂੰ ਜਿਤਾਈਆਂ ਸੀ, ਉਹਨਾਂ ਨੂੰ ਯਾਦ ਕਰ। ਹਾਲੇਲੂਇਆ, ਅੱਜ ਬਹੁਤ ਸਾਰੇ ਲੋਕ ਜਿਹੜੇ ਨੇ ਮੇਰੇ ਅੱਜ ਜੋ ਉਹਦਾ ਕਹਿੰਦੇ ਨੇ ਖੁਦਾ ਨੂੰ ਮੰਨਦੇ ਆ, ਉਹਦਾ ਕਹਿੰਦੇ ਅਸੀਂ ਰੱਬ ਦੇ ਪ੍ਰੇਮੀ ਆ, ਰੱਬ ਨਾਲ ਪਿਆਰ ਕਰਦੇ ਹਾਂ, ਪਰ ਵਚਨ ਤੋਂ ਬੜੀ ਦੂਰ ਨੇ। ਮੇਰੇ ਅੱਜ ਜੋ ਉਹ ਥਰ ਥਰਾਉਂਦੇ, ਕੰਮ ਦੇ ਤੇ ਘਬਰਾਉਂਦੇ ਨੇ, ਵਚਨ ਨੂੰ ਨਹੀਂ ਜਾਣਦੇ। ਸੋ ਮੇਰੇ ਅੱਜ ਜੋ ਜਦ ਕਦੇ ਵੀ ਕੋਈ ਮੁਸ਼ਕਲ, ਕੋਈ ਘਬਰਾਹਟ, ਕੋਈ ਮੁਸੀਬਤ ਆਉਂਦੀ ਹੈ, ਸਾਨੂੰ ਪ੍ਰਭੂ ਦੇ ਵਚਨ ਨੂੰ ਯਾਦ ਰੱਖਣਾ ਚਾਹੀਦਾ, ਰੱਬ ਦੇ ਪਾਕ ਕਲਾਮ ਨੂੰ ਆਪਣੀ ਢਾਲ ਬਣਾ ਕੇ ਚੱਲਣ ਰੱਖਣਾ ਚਾਹੀਦਾ। ਕਿਉਂਕਿ ਮੇਰੇ ਅਜੀ ਜੋ ਜਿਹੜੇ ਵਚਨ ਨੂੰ ਪੂਰਾ ਕਰਦੇ ਨੇ, ਉਹ ਵਚਨ ਉਹਨਾਂ ਦੇ ਢਾਲ ਹੈ, ਖੁਦਾ ਉਹਨਾਂ ਦਾ ਹਾਮੀ ਮਦਦ ਗਾ ਰਿਹਾ। ਸੋ ਮੇਰੇ ਅਜੀ ਜੋ ਯਹੋਸ਼ੁਆ ਨੇ ਕਿਹਾ ਸੀ, ਨਾ ਡਰ ਨਾ ਘਬਰਾ, ਮੈਂ ਤੇਰੇ ਨਾਲ ਨਾਲ ਹੈ, ਮੈਂ ਤੇਰੇ ਅੰਗ ਸੰਗ ਹਾਂ। ਸੋ ਮੇਰੇ ਅਜੀ ਜੇ ਇੱਕ ਜਗ੍ਹਾ ਨੇ ਇਸੇ ਹੀ ਬਾਤ ਵਿੱਚ ਤਿੰਨ ਜਗ੍ਹਾ 'ਤੇ ਲਿਖਿਆ, ਨਾ ਘਬਰਾ। ਅਤੇ ਸੋ ਮੇਰੇ ਅਜੀ ਜੋ ਅੱਜ ਉਸ ਪਰਮੇਸ਼ੁਰ ਦੇ ਵਚਨ ਨੂੰ ਸੁਣੋ। ਪਰਮੇਸ਼ੁਰ ਕਿਹਾ, ਤੂੰ ਮੇਰੀਆਂ ਗੱਲਾਂ ਦੀ ਸਮਝ ਨਹੀਂ ਆਉਂਦੀ, ਜੋ ਮੈਂ ਤੈਨੂੰ ਨਵੇਂ ਸਭ ਨੂੰ ਸਿਖਾ ਰਿਹਾ, ਤੇ ਮਤ ਸੁਣ ਤੇ ਮਤ ਇਹਨਾਂ ਗੱਲਾਂ ਵੱਲ ਜਾ, ਪਰ ਜੋ ਉਹ ਮੇਰੇ ਦਾਸ ਮੂਸਾ ਨੇ ਤੇਰੇ ਨਾਲ ਗੱਲਾਂ ਕੀਤੀਆਂ, ਤੈਨੂੰ ਹੁਕਮ ਦਿੱਤੇ ਨੇ, ਤੂੰ ਉਹਨਾਂ ਦੀ ਕੀ ਕਰ? ਹਾਲੇਲੂਇਆ, ਕਿਉਂਕਿ ਪਰਮੇਸ਼ੁਰ ਪਤਾ ਸੀ ਕਿ ਮੂਸਾ ਇਸ ਪਰਜਾ ਨਾਲ ਕਿੰਨੇ ਸਾਲ ਬੋਲਦਾ ਰਿਹਾ, ਇੱਕ ਦੋ ਦਿਨ ਤਾਂ ਚਾਰ ਨਹੀਂ, ਜੇਕਰ ਕਿੰਨੇ ਸਾਲ ਮੂਸਾ ਪਰਜਾ ਨਾਲ ਗੱਲਾਂ ਕਰਦਾ ਸੀ ਤੇ ਰੱਬ ਦੀਆਂ ਵਚਨਾਂ ਦੀਆਂ ਗੱਲਾਂ ਉਹਨਾਂ ਸਾਂਝੀਆਂ ਕਰਦਾ ਸੀ। ਇਸ ਕਰਕੇ ਪਰਮੇਸ਼ੁਰ ਨੇ ਕਿਹਾ ਕਿ ਜਿਹੜਾ ਤੇਰੇ ਨਾਲ ਇੰਨਾ ਚਿਰ ਬੋਲਦਾ ਰਿਹਾ, ਤੇਰੇ ਵਿੱਚ ਰਿਹਾ, ਤੇਰੇ ਨਾਲ ਬੈਠਾ, ਤੈਨੂੰ ਸਿਖਾਉਂਦਾ ਰਿਹਾ, ਤੂੰ ਉਹਦੀਆਂ ਗੱਲਾਂ ਦੀ ਕੀ ਕਰ? ਪਾਲਣਾ ਕਰ। ਕਿਉਂਕਿ ਇੰਨੇ ਚਿਰ ਤੋਂ ਸਿਖਾਇਆ, ਤੈਨੂੰ ਇੱਕ ਵੀ ਗੱਲ ਚੇਤੇ ਨਹੀਂ, ਤੂੰ ਕਿਉਂ ਕੰਬਦਾ, ਕਿਉਂ ਘਬਰਾਉਣਾ? ਇੰਨਾ ਚਿਰ ਮੂਸਾ ਨੇ ਤੇਰੇ ਵਿੱਚ ਰਹਿ ਕੇ ਮੇਰੇ ਵਚਨ ਨੂੰ ਤੇਰੇ ਵਿੱਚ ਸੁਣਾਇਆ, ਤੇਰੇ ਵਿੱਚ ਬੀਜਿਆ, ਇਸ ਪਰਜਾ ਵਿੱਚ ਖੇਤੀ ਦੀ ਨਹੀਂ, ਜਿੱਦਾਂ ਬੀਜ ਬੀਜਿਆ, ਜਿੱਦਾਂ ਵਚਨ ਨੂੰ ਬੀਜਿਆ, ਕੀ ਤੁਹਾਡੇ ਕੋਲ ਉਸ ਵਚਨ ਦੀ ਇੱਕ ਵੀ ਗੱਲ ਨਹੀਂ?
ਜੇਕਰ ਕਿ ਤੂੰ ਵਚਨ ਨੂੰ ਯਾਦ ਰੱਖ ਅੱਜ ਵੀ ਅਨੇਕਾਂ ਲੋਕ ਨੇ ਜਿਨ੍ਹਾਂ ਦੇ ਮੇਰੇ ਜੀਜੋ ਕਿੰਨੇ ਕਿੰਨੇ ਸਾਲ ਬੀਤ ਗਏ ਨੇ ਵਚਨਾਂ ਨੂੰ ਸੁਣ ਲਿਆ ਪਰ ਅੱਜ ਤੱਕ ਇੱਕ ਵੀ ਵਚਨ ਦੀ ਗੱਲ ਜ਼ਿੰਦਗੀ ਵਿੱਚ ਹੈ ਨਹੀਂ ਆ ਹਲੇਲੂਯਾ ਸਭਨਾਂ ਦਾ ਹਲੇਲੂਯਾ ਤੇ ਕਈ ਵਾਰੀ ਜਦੋਂ ਵਚਨ ਨੂੰ ਪੜ੍ਹਦਾ ਤੇ ਸੱਚ ਮੇਰੇ ਗੱਲਾਂ ਮਤਲਬ ਸਾਹਮਣੇ ਇੱਦਾਂ ਆਉਂਦੀਆਂ ਨੇ ਜਿੱਦਾਂ ਅਮਨ ਸਾਹਮਣੇ ਬਹਿ ਕੇ ਗੱਲਾਂ ਕਰਦੇ ਨੇ ਕਿ ਤਾਂ ਮੂਸਾ ਨੂੰ ਤਾਂ ਯੋਸ਼ੂਆ ਨੂੰ ਇਹ ਗੱਲ ਕਹਿਣੀ ਪਈ ਪਰਮੇਸ਼ਰ ਨੂੰ ਪਰਮੇਸ਼ਰ ਨੇ ਇਸ ਕਰਕੇ ਕਿਹਾ ਯੋਸ਼ੂਆ ਨੂੰ ਕਿਉਂ ਕਿ ਇੰਨੇ ਸਾਲ ਮੂਸਾ ਨਾਲ ਰਹਿਣ ਦੇ ਕਰਕੇ ਵੀ ਮੇਰੇ ਅਜੀਜ ਉਹਨਾਂ ਨੂੰ ਇੱਕ ਵੀ ਵਚਨ ਦੀ ਗੱਲ ਚੇਤੇ ਨਹੀਂ ਸੀ ਹਲੇਲੂਯਾ ਇੱਕ ਪਰਮੇਸ਼ਰ ਨੇ ਕਿਹਾ ਸ਼ਾਇਦ ਮੈਂ ਤੇ ਅੱਜ ਤੇਰੇ ਨਾਲ ਬੋਲਿਆ ਨਹੀਂ ਸੀ ਬੋਲਿਆ ਹੋ ਸਕਦਾ ਮੇਰੀ ਗੱਲ ਦੀ ਸਮਝ ਤੈਨੂੰ ਐਡੀ ਛੇਤੀ ਨਾ ਆਵੇ ਪਰ ਜੇ ਜੋ ਮੇਰੇ ਦਾਸ ਮੂਸਾ ਨੇ ਤੇਰੇ ਨਾਲ ਇੰਨੇ ਸਾਲ ਗੱਲਾਂ ਕੀਤੀਆਂ ਉਹਨਾਂ ਵਿੱਚੋਂ ਤੈਨੂੰ ਕੁਝ ਨਾ ਕੁਝ ਤੇ ਚੇਤੇ ਹੋਣਾ ਮੇਰੇ ਅਜੀ ਜੋ ਕਿੰਨੇ ਕਿੰਨੇ ਸਾਲ ਬੀਤ ਗਏ ਨੇ ਸਾਨੂੰ ਖੁਦਾ ਵਿੱਚ ਆਇਆ ਨੂੰ ਪਰ ਸਾਨੂੰ ਕੁਛ ਨਾ ਕੁਛ ਤੇ ਪ੍ਰਭੂ ਦੇ ਪਾਕ ਕਲਾਮ ਦੀਆਂ ਗੱਲਾਂ ਨੂੰ ਚੇਤੇ ਰੱਖਣਾ ਚਾਹੀਦਾ ਹੋ ਸਕਦਾ ਮੈਂ ਕਈ ਵਾਰੀ ਦੇਖਦਾ ਇੰਨੇ ਸਾਲ ਵਚਨ ਸੁਣਨ ਦੇ ਬਾਵਜੂਦ ਵੀ ਕਈ ਵਾਰੀ ਇੱਦਾਂ ਲੱਗਦਾ ਕਿ ਆਹ ਵਚਨ ਅਸੀਂ ਅੱਜ ਹੀ ਸੁਣਿਆ ਸ਼ਾਇਦ ਅੱਗੇ ਕਿਉਂਕਿ ਸੁਣਿਆ ਤਾਂ ਜ਼ਰੂਰ ਪਰ ਉਹਨੂੰ ਆਪਾਂ ਚੇਤੇ ਨਹੀਂ ਰੱਖਿਆ ਕਿਉਂਕਿ ਇੱਦਾਂ ਲੱਗਦਾ ਕਿ ਅੱਜ ਹੀ ਸ਼ਾਇਦ ਸੁਣਿਆ ਅਗਲੇ ਯਾਰ ਸੁਣਿਆ ਜ਼ਰੂਰ ਆ ਪਰ ਅਸੀਂ ਚੇਤੇ ਨਹੀਂ ਰੱਖਿਆ ਇਸੇ ਕਰਕੇ ਸਾਨੂੰ ਇੱਦਾਂ ਲੱਗਦਾ ਕਿ ਅੱਜ ਇਹ ਜਿਹੜਾ ਵਚਨ ਸੁਣਿਆ ਸਿਰਫ ਸ਼ਾਇਦ ਅੱਜ ਹੀ ਸੁਣਿਆ ਅੱਗੇ ਨਹੀਂ ਸੁਣਿਆ ਸੋ ਮੇਰੇ ਅਜੀ ਤੋਂ ਧਿਆਨ ਦਿਆ ਕਰੋ ਪ੍ਰਭੂ ਦੇ ਪਾਕ ਕਲਾਮ ਦੇ ਵੱਲ ਕਿਉਂਕਿ ਪਾਕ ਕਲਾਮ ਤੋਂ ਬਿਨਾਂ ਜ਼ਿੰਦਗੀ ਅਧੂਰੀ ਆ ਤੇ ਅਸੀਂ ਕਦੇ ਵੀ ਸਫਲ ਹੋ ਨਹੀਂ ਸਕਦੇ ਇਸੇ ਕਰਕੇ ਯੋਸ਼ੂਆ ਨੇ ਕਿਹਾ ਸੀ ਬਖਸ਼ਾ ਦੀ ਪੋਥੀ ਤੇਰੇ ਮੂੰਹ ਤੋਂ ਕਦੇ ਵੱਖਰੀ ਹੋਣੀ ਨਹੀਂ ਚਾਹੀਦੀ ਕਿਉਂਕਿ ਮੇਰੇ ਦਾਸ ਮੂਸਾ ਦੀਆਂ ਲਿਖੀਆਂ ਗੱਲਾਂ ਨੇ ਜੋ ਮੈਂ ਆਪਣੇ ਦਾਸ ਨਾਲ ਸ਼ੇਅਰ ਕੀਤੀਆਂ ਸੀ ਉਹਨੇ ਲਿਖੀਆਂ ਤੇ ਪੋਥੀ ਬਣੇ ਆ ਤੇ ਕਰਕੇ ਇਹ ਪਵਿੱਤਰ ਦੀ ਪੋਥੀ ਤੇਰੇ ਮੂੰਹ ਤੋਂ ਕਦੇ ਵੱਖਰੀ ਹੋਣੀ ਨਹੀਂ ਚਾਹੀਦੀ ਇਸੋ ਬਲੇ ਅਜੀ ਜੋ ਮੈਂ ਦੱਸਣਾ ਚਾਹੁੰਦਾ ਪਰਮੇਸ਼ਰ ਨੇ ਥੋੜੇ ਜਿਹਾ ਸਮਾਂ ਚੇਂਜ ਕੀਤਾ ਫਿਰ ਆਪਣੇ ਦੂਤਾਂ ਨੂੰ ਭੇਜਣਾ ਸ਼ੁਰੂ ਕੀਤਾ ਆਪਣੇ ਦੂਤਾਂ ਦੀ ਨਹੀਂ ਗੱਲਾਂ ਕੀਤੀਆਂ ਇਹ ਗੱਲ ਪੜ੍ਹਾਂਗੇ ਨਿਆਂਇਆਂ ਦੀ ਕਿਤਾਬ 6 ਬਾਬ ਦੀ 14 ਐਤ ਵਿੱਚ ਲਿਖਿਆ ਕੀ ਦਰਨ ਗੱਲਾਂ ਕੀਤੀਆਂ ਗਿਦਾਉਂ ਦੇ ਨਾਲ ਪਰਮੇਸ਼ਰ ਦਾ ਦੂਤ ਆ ਕੇ ਬੋਲਦਾ ਹਾਲੇਲੂਯਾ ਸੋ ਸਮਾਂ ਨਹੀਂ ਕਿ ਮੈਂ ਹੋਰ ਇਹਨਾਂ ਗੱਲਾਂ ਸ਼ੇਅਰ ਕਰਾਂ ਮੈਂ ਸਿਰਫ ਇੱਕੋ ਗੱਲ ਤੇ ਮੈਂ ਇਸ ਗੱਲ ਤੇ ਮਤਲਬ ਇੱਥੇ ਅੱਗੇ ਨਹੀਂ ਛੋੜਾਂ ਕਿਸ ਗੱਲ ਨੂੰ ਦੂਤਾਂ ਦੇ ਉੱਤੇ ਗੱਲ ਕਿ ਮੈਂ ਅਜੀ ਜੋ ਪਰਮੇਸ਼ਵਰ ਫਿਰ ਆਪਣੇ ਦੂਤਾਂ ਦੇ ਜ਼ਰੀਏ ਬੋਲਦਾ ਸੀ ਅੱਜ ਗਿਦਾਉਂ ਦੇ ਨਾਲ ਮੇਰੇ ਅਜੀ ਜੋ ਪਰਮੇਸ਼ਰ ਆਪਣੇ ਦੂਤ ਦੇ ਵਸੀ ਨਾਲ ਗੱਲ ਕਰ ਰਿਹਾ ਹਾਲੇਲੂਯਾ ਸਭ ਲੰਗੇ ਹਾਲੇਲੂਯਾ ਹਾਲੇਲੂਯਾ ਦੂਤ ਦੇ ਅਰਜ਼ੀਏ ਗੱਲ ਕਰ ਰਿਹਾ ਕੀ ਗੱਲ ਕਰਿਆ ਸੁਣਾ ਕੇ ਦੱਸ ਦੇ ਗਾ ਫਿਰ ਯਹੋਵਾ ਦਾ ਦੂਤ ਆਇਆ ਫਿਰ ਯਹੋਵਾ ਦਾ ਦੂਤ ਆਇਆ ਅਤੇ ਆਰਫਾ ਵਿੱਚ ਬਲੂਤ ਦੇ ਇੱਕ ਬ੍ਰਿਕਸ਼ ਹੇਠ ਆਰਫਾ ਦੇ ਵਿੱਚ ਬਲੂਤ ਦੇ ਇੱਕ ਬ੍ਰਿਕਸ਼ ਇੱਕ ਦਰਖਤ ਦੇ ਹੇਠ ਬੈਠਾ ਜਿਹੜਾ ਜਵਾਸ਼ ਅਬੀ ਅਜ਼ਰੀ ਦਾ ਸੀ ਹਾਂ ਉਸ ਵੇਲੇ ਉਸ ਦਾ ਪੁੱਤਰ ਗਿਦਿਆਉਨ ਇੱਕ ਚਮੱਚੇ ਵਿੱਚ ਕਣਕ ਨੂੰ ਛੱਕ ਰਿਹਾ ਸੀ ਉਹਦਾ ਪੁੱਤਰ ਇੱਕ ਗਿਦਿਆਉਨ ਨਾਂ ਦਾ ਬੰਦਾ ਜਿਹੜਾ ਆਪਣੇ ਚਮੱਚੇ ਵਿੱਚ ਲੁਕ ਕੇ ਇੱਕ ਮੇਰੇ ਅਜੀ ਜੋ ਕਣਕ ਛੱਕ ਰਿਹਾ ਸੀ ਇਸ ਕਰਕੇ ਜੋ ਮਿਗਦਾਨੀਆਂ ਦੇ ਹੱਥੋਂ ਲੁਕਾਵੇ ਜੋ ਮਿਗਦਾਨੀਆਂ ਦੇ ਹੱਥੋਂ ਲੁਕਾਵੇ ਸੋ ਯਹੋਵਾ ਦੇ ਦੂਤ ਨੂੰ ਦੂਤ ਉਸ ਨੂੰ ਦਰਸ਼ਨ ਦਿੱਤਾ ਯਹੋਵਾ ਦੇ ਦੂਤ ਨੇ ਉਹਨੂੰ ਦਰਸ਼ਨ ਦਿੱਤਾ ਅਤੇ ਉਹਨੂੰ ਆਖਿਆ ਹੇ ਤਕੜੇ ਸੂਰ ਵੀਰ ਹਾਲੇਲੂਯਾ ਹਾਲੇਲੂਯਾ ਅੱਜ ਬਹੁਤ ਸਾਰੇ ਲੋਕ ਹੈ ਨਾ ਇਹ ਬਿਮਾਰੀ ਤੋਂ ਡਰਦੇ ਲੁਕਦੇ ਫਿਰਦੇ ਨੇ ਛੁਪਦੇ ਫਿਰਦੇ ਨੇ ਮੈਨੂੰ ਨਾ ਲੱਗ ਜਾਵੇ ਮੇਰੇ ਅੱਜ ਜੇ ਇਸ ਤਰ੍ਹਾਂ ਅਸੀਂ ਬਿਮਾਰੀ ਤੋਂ ਬਚ ਨਹੀਂ ਸਕਦੇ ਮੁਸ਼ਕਲਾਂ ਤੋਂ ਪਰੇਸ਼ਾਨੀਆਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਚਾਹੁੰਦੇ ਲੁਕ ਲੁਕ ਕੇ ਰਹਿੰਦੇ ਨੇ ਪਰ ਮੇਰੇ ਅੱਜ ਜੋ ਬਚ ਨਹੀਂ ਸਕਦੇ ਰੱਬ ਦੇ ਵਚਨ ਨੂੰ ਸੁਣੋ ਕਿਉਂਕਿ ਰੱਬ ਦਾ ਵਚਨ ਸਾਡੇ ਲਈ ਸਭ ਕੁਝ ਕਰ ਸਕਦਾ ਰੱਬ ਦਾ ਸੁਨੇਹਾ ਕੀ ਆ ਰੱਬ ਦਾ ਪਾਕ ਕਲਾਮ ਸਾਨੂੰ ਸਿਖਾਉਂਦਾ ਕੀ ਆ ਮੇਰੇ ਅਜੀ ਜੋ ਅਸੀਂ ਅੱਜ ਉਹਦੇ ਤੇ ਧਿਆਨ ਦੇਈਏ ਤੇ ਮੇਰੇ ਅਜੀ ਅਣ ਪ੍ਰਭੂ ਅਸੀਂ ਬਚ ਜਾਵਾਂਗੇ ਗਿਦੋਂ ਦੇ ਵਿੱਚ ਮੇਰੇ ਅਜੀ ਜੋ ਇਹ ਗਿਦੋਂ ਨੂੰ ਕਿਹਾ ਕਿ ਤੂੰ ਤਕੜਾ ਸੂਰਬੀਰ ਹਾਲੇਲੂਯਾ ਅੱਜ ਬਹੁਤ ਸਾਰੇ ਲੋਕ ਅੱਜ ਮਸੀਹ ਦੇ ਵਿੱਚ ਆਪਣੇ ਆਪ ਨੂੰ ਤਕੜੇ ਤੇ ਕਹਿੰਦੇ ਨੇ ਹਾਲੇਲੂਯਾ ਹਾਲੇਲੂਯਾ ਪਰ ਕਮਜ਼ੋਰ ਬਣ ਕੇ ਬੈਠੇ ਨੇ ਕਮਦਲੇ ਬਣ ਕੇ ਬੈਠੇ ਨੇ ਪਰ ਰੱਬ ਉਹਨਾਂ ਦੀ ਮਰਦਾਨਗੀ ਜਤਾਉਂਦਾ ਕਹਿੰਦਾ ਤੂੰ ਤਕੜਾ ਤੂੰ ਕਮਜ਼ੋਰ ਨਹੀਂ ਸੋ ਮੇਰੇ ਅਜੀ ਜੋ ਵਿਸ਼ਵਾਸੀ ਲੋਕੋ ਪਰਮੇਸ਼ਰ ਦੀ ਗੱਲ ਧੰਨ ਵੀ ਕਹਿੰਦਾ ਤੁਸੀਂ ਤਕੜੇ ਸੂਰਬੀਰ ਰੱਬ ਨੇ ਬਣਾਇਆ ਤੁਹਾਨੂੰ ਕਮਜ਼ੋਰ ਤੇ ਕਮਦਲੇ ਨਾ ਬਣੋ ਡਰੋ ਨਾ ਮੇਰੇ ਅਜੀ ਜੋ ਗਿਦੋਂ ਦੀ ਤਰ੍ਹਾਂ ਅੱਜ ਚ ਬੱਚਿਆਂ ਵਿੱਚ ਜਾਨੀ ਕਿ ਪਰਿਵਾਰ ਮੇਰੇ ਅਜੀ ਜੋ ਛੁਪ ਕੇ ਨਾ ਬੈਠੋ ਕੁੰਦਰਾਂ ਵਿੱਚ ਨਾ ਵੜੋ ਆਓ ਮੇਰੇ ਅਜੀ ਜੋ ਉਸ ਪਰਮੇਸ਼ਰ ਦੇ ਵਚਨ ਨੂੰ ਪੂਰਾ ਕਰੋ ਹਾਲੇਲੂਯਾ 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 ਕਿਉਂਕਿ ਮੇਰੇ ਅਜੀ ਜੋ ਪਰਮੇਸ਼ਰ ਗਿਦੋਂ ਇਸ ਕਰਕੇ ਛੁਪ ਕੇ ਬੈਠਾ ਕਿ ਜਿਹੜੀ ਮੇਰੇ ਕੋਲ ਥੋੜੀ ਬਹੁਤੀ ਕਣਕ ਆ ਕਿਤੇ ਉਹ ਮਿਰਦਾਨੀ ਆਉਣ ਤੇ ਉਹ ਚੁੱਕ ਕੇ ਨਾ ਲੈ ਜਾਣ ਪਰ ਮੇਰੇ ਅਜੀ ਜੋ ਤੁਸੀਂ ਰੱਬ ਦੇ ਵਚਨ ਦੇ ਵਿੱਚ ਪਾਕ ਕਲਾਮ ਦੇ ਅੰਦਰ ਹੋ ਤੇ ਤੁਹਾਡੇ ਕੋਲ ਕੋਈ ਵੀ ਚੀਜ਼ ਸ਼ਤਾਨ ਖੋ ਨਹੀਂ ਸਕਦਾ ਹਾਲੇਲੂਯਾ ਪਰ ਆਪਣੇ ਆਪ ਨੂੰ ਤਕੜੇ ਸਮਝੋ ਸੂਰਬੀਰ ਸਮਝੋ ਕਮਜ਼ੋਰ ਤੇ ਕਮਦਲੇ ਨਾ ਸਮਝੋ ਯਹੋਸ਼ੂਆ ਨੂੰ ਕੀ ਕਹਿੰਦਾ ਸੀ ਖੁਦਾ ਕਹਿੰਦਾ ਨਾ ਕਾਬਰ ਨਾ ਘਬਰਾ ਨਾ ਕੰਬ ਮੈਂ ਯਹੋਵਾ ਤੇਰਾ ਪਰਮੇਸ਼ਰ ਤੇਰੇ ਅੰਗ ਸੰਗ ਮੈਂ ਤੇਰੇ ਨਾਲ ਆ ਸੁਮਰੇ ਅਜੀ ਜੋ ਮੇਰਾ ਪਰਮੇਸ਼ਰ ਅੱਜ ਮੈਨੂੰ ਤੁਹਾਨੂੰ ਸੂਰਬੀਰ ਬਣਾਉਣਾ ਚਾਹੁੰਦਾ ਮੇਰਾ ਤੁਹਾਡਾ ਨਾਮ ਅੱਜ ਸੂਰਬੀਰ ਆ ਯਾਕੂਬ ਤੋਂ ਪਰਮੇਸ਼ਰ ਨੇ ਇਸਰਾਇਲ ਬਣਾ ਦਿੱਤਾ ਹਾਲੇਲੂਯਾ ਹਾਲੇਲੂਯਾ ਸਭ ਲੰਗੇ ਹਾਲੇਲੂਯਾ ਹਾਲੇਲੂਯਾ ਜੇ ਤਕੜੇ ਸੂਰਬੀਰ ਬਣੋ ਖੁਦਾ ਤੁਹਾਨੂੰ ਆਸ਼ੀਸ਼ ਦੇਣੀ ਚਾਹੁੰਦਾ ਮੇਰੇ ਅਜੀ ਜੋ ਉਹ ਤੁਹਾਨੂੰ ਸ਼ੈਤਾਨ ਨਾਲ ਲੜਨਾ ਸਿਖਾਉਣਾ ਚਾਹੁੰਦਾ ਉਹ ਸ਼ੈਤਾਨ ਦੇ ਉੱਤੇ ਜਿੱਤ
ਤੁਹਾਡੀ ਵੇਖਣੀ ਚਾਹੁੰਦਾ ਪਰ ਜੇ ਅਸੀਂ ਮੇਰੇ ਅਜੀਜ਼ੋ ਡਰਦੇ ਹਾਂ ਘਬਰਾਉਂਦੇ ਹਾਂ ਕੰਬਦੇ ਹਾਂ ਅਸੀਂ ਕਦੇ ਵੀ ਸ਼ੈਤਾਨ ਨੂੰ ਜਿੱਤ ਨਹੀਂ ਸਕਦੇ ਹਾਰਦੇ ਨਜ਼ਰ ਆਵਾਂਗੇ ਪਰ ਹਾਰਾਂਗੇ ਕਿਉਂ ਜਦੋਂ ਅਸੀਂ ਵਚਨ ਨੂੰ ਨਾ ਪੂਰਾ ਕਰਾਂਗੇ ਜੇ ਰੱਬ ਦੀ ਗੱਲ ਨੂੰ ਸੁਣ ਕੇ ਉੱਤੇ ਅਮਲ ਕਰਦੇ ਹਾਂ ਉਹਦੇ ਮੁਤਾਬਕ ਚੱਲਦੇ ਹਾਂ ਭਾਵੇਂ ਮੁਸੀਬਤ ਪਹਾੜ ਦੀ ਤਰ੍ਹਾਂ ਹੋਵੇ ਪਰ ਅਜੀਜ਼ੋ ਜਦੋਂ ਵਚਨ ਦੁਆਰਾ ਚੱਲਾਂਗੇ ਤਾਂ ਉਹ ਪਹਾੜ ਵੀ ਸਾਡੇ ਸਾਹਮਣੇ ਸਿਰਕ ਜਾਵੇਗਾ ਹਾਲੇਲੂਯਾ ਦੇਖੋ ਮੇਰੇ ਅਜੀਜ਼ੋ ਤੀਸਰੀ ਗੱਲ ਅੱਜ ਪਰਮੇਸ਼ਵਰ ਆਤਮਾ ਦਾ ਰੋਲ ਬੋਲਦਾ ਠੀਕ ਹੈ ਚੌਥੀ ਗੱਲ ਪਰਮੇਸ਼ਵਰ ਆਪਣੇ ਖਾਦਮ ਆਪਣੇ ਸੰਤਾਂ ਦੇ ਵਿੱਚ ਬੋਲਦਾ ਪੰਜਵੀਂ ਗੱਲ ਪਰਮੇਸ਼ਵਰ ਅੱਜ ਆਪਣੇ ਪਾਕ ਕਲਾਮ ਦੇ ਵਿੱਚੋਂ ਦੀ ਮੇਰੇ ਤੁਹਾਡੇ ਨਾਲ ਬੋਲਦਾ ਹਾਲੇਲੂਯਾ ਇੱਕ ਸਮਝ ਜੋ ਪਹਿਲੇ ਸਮੇਂ ਪਰਮੇਸ਼ਵਰ ਨੇ ਖੁਦ ਆਪ ਗੱਲ ਕੀਤੀ ਦੂਜਾ ਸਮਝ ਦੂਤਾਂ ਦੇ ਵਸੀਲੇ ਗੱਲਾਂ ਕਰਦਾ ਸੀ ਅੱਜ ਮੇਰੇ ਅਜੀ ਜੋ ਪਰਮੇਸ਼ਵਰ ਇੱਕ ਨਹੀਂ ਦੋ ਨਹੀਂ ਬਲਕਿ ਤਿੰਨ ਤਰ੍ਹਾਂ ਦੇ ਨਾਲ ਸਾਡੇ ਸਭ ਨਾਲ ਗੱਲਾਂ ਕਰਦਾ ਪਹਿਲੀ ਗੱਲ ਪਵਿੱਤਰ ਆਤਮਾ ਦੁਆਰਾ ਵਚਨ ਦੁਆਰਾ ਤੇ ਆਪਣੇ ਸੰਤਾਂ ਸੇਵਕਾਂ ਦੇ ਦੁਆਰਾ ਅੱਜ ਤਿੰਨ ਤਰ੍ਹਾਂ ਦੇ ਨਾਲ ਖੁਦਾ ਤੇਰੇ ਨਾਲ ਗੱਲ ਕਰਦਾ ਪਰ ਅਫਸੋਸ ਲੋਕਾਂ ਦੀਆਂ ਜ਼ਿੰਦਗੀਆਂ ਤੇ ਅੱਜ ਤਿੰਨ ਤਰ੍ਹਾਂ ਨਾਲ ਪਰਮੇਸ਼ਵਰ ਬੋਲਦਾ ਮੇਰੇ ਅੱਜ ਜੋ ਲੋਕਾਂ ਦੀ ਸਮਝ ਵਿੱਚ ਫੇਰ ਵੀ ਅੱਜ ਨਹੀਂ ਆ ਰਿਹਾ ਹਾਲੇਲੂਯਾ ਖਬਰਾਂਗੇ ਹਾਲੇਲੂਯਾ ਇਹਦੇ ਵਚਨ ਪੂਰਾ ਕਰੋ ਕਿਉਂਕਿ ਮੇਰਾ ਯਸੋ ਅੱਜ ਬੜੇ ਅਪਰਾਧੀ ਕਰ ਰਿਹਾ ਤੁਹਾਨੂੰ ਬਚਾਉਣ ਦੇ ਲਈ ਬੜੇ ਮੇਰੇ ਅੱਜ ਜੋ ਹੱਥ ਕੰਡੇ ਅਪਣਾ ਰਿਹਾ ਕਿਉਂਕਿ ਆਪਣੇ ਸੇਵਕਾਂ ਦੇ ਵਸੀਲੇ ਤੁਹਾਡੇ ਨਾਲ ਬੋਲਦਾ ਆਪਣੇ ਵਚਨ ਦੇ ਦੁਆਰਾ ਤੁਹਾਡੇ ਨਾਲ ਬੋਲਦਾ ਆਪਣੀ ਪਵਿੱਤਰ ਆਤਮਾ ਦੇ ਦੁਆਰਾ ਤੁਹਾਡੇ ਨਾਲ ਬੋਲਦਾ ਕਿ ਚਲੋ ਇੱਕ ਦਿਨ ਹੀ ਬਲਕਿ ਕਿਸੇ ਨਾ ਕਿਸੇ ਦੀ ਇਹਨਾਂ ਨੂੰ ਸਮਝ ਸ਼ਾਇਦ ਆਏ ਹਾਲੇਲੂਯਾ ਪਰਮੇਸ਼ਵਰ ਨੇ ਆਪਣੇ ਆਪ ਨੂੰ ਚੇਂਜ ਕਿਉਂ ਕੀਤਾ ਦੂਤਾਂ ਨੂੰ ਕਿਉਂ ਭੇਜਿਆ ਕਿਉਂਕਿ ਮੇਰੇ ਅਜੀਬ ਭੈਣ ਭਰਾਵੋ ਪਰਮੇਸ਼ਵਰ ਸੋਚਿਆ ਹੋ ਸਕਦਾ ਮੈਂ ਰੂਬਰੂ ਗੱਲਾਂ ਕਰਦਾ ਮੈਨੂੰ ਸਮਝ ਨਹੀਂ ਆਉਂਦੀ ਪਰ ਜੇ ਇੱਦਾਂ ਨਹੀਂ ਸਮਝ ਆਉਂਦੀ ਜੋ ਰੱਬ ਦਾ ਦੂਤ ਗੱਲ ਕਰੇਗਾ ਦਰਸ਼ਨ ਵਿੱਚ ਗੱਲ ਕਰੇਗਾ ਸ਼ਾਇਦ ਇਹਨਾਂ ਨੂੰ ਸਮਝ ਆ ਜਾਵੇ ਪਰ ਲੋਕਾਂ ਨੇ ਫਿਰ ਵੀ ਇਸ ਗੱਲ ਨੂੰ ਨਹੀਂ ਸਮਝਿਆ ਹਾਲੇਲੂਯਾ ਨਬੀਆਂ ਦੀਆਂ ਗੱਲਾਂ ਤੇ ਵਿਸ਼ਵਾਸ ਨਹੀਂ ਕੀਤਾ ਸੈਮੂਅਲ ਨੇ ਸੌਲ ਨਾਲ ਜਦੋਂ ਗੱਲਾਂ ਕੀਤੀਆਂ ਕਿਹਾ ਕੰਮ ਨਾ ਕਰੀ ਪਾਪ ਨਾ ਕਰੀ ਰੱਬ ਦੇ ਖਿਲਾਫ ਆ ਪਰ ਮੇਰੇ ਅਜੀ ਜੋ ਸੌਲ ਨੇ ਇੱਕ ਗੱਲ ਨੂੰ ਨਾ ਸੁਣਿਆ ਕਰਕੇ ਜੋ ਨਹੀਂ ਕਿਹਾ ਸੀ ਕਰਨ ਵਾਸਤੇ ਉਹ ਕੀਤਾ ਪਰ ਜੋ ਕਰਨ ਵਾਸਤੇ ਕਿਹਾ ਸੀ ਉਹ ਨਾ ਕੀਤਾ ਪਰ ਮੇਰੇ ਅਜੀ ਜੋ ਇਹਦਾ ਮਤਲਬ ਉਹਨੂੰ ਰੱਬ ਦੇ ਬੰਦੇ ਸੈਮੂਅਲ ਦੀ ਗੱਲ ਦੀ ਸਮਝ ਨਹੀਂ ਆਈ ਜੇ ਸਮਝ ਆਈ ਹੁੰਦੀ ਤੇ ਮੇਰੇ ਅਜੀ ਜੋ ਉਹ ਲੁੱਟ ਦਾ ਮਾਲ ਨਾ ਜਾਂਦਾ ਤੇ ਉਹਨਾਂ ਦੀਆਂ ਬਲੀਆਂ ਨਾ ਚੜਾਉਂਦਾ ਅੱਜ ਬਹੁਤ ਸਾਰੇ ਲੋਕ ਨੇ ਜਿਹਨੂੰ ਰੱਬ ਦਾ ਪਾਕ ਕਲਾਮ ਸਮਝ ਵਿੱਚ ਨਹੀਂ ਆ ਰਿਹਾ ਰੱਬ ਦਾ ਵਚਨ ਸਮਝ ਵਿੱਚ ਨਹੀਂ ਆ ਰਿਹਾ ਆਪਣੀ ਸੋਚ ਨਾਲ ਚੱਲ ਕੇ ਅੱਜ ਵੀ ਮੇਰੇ ਅਜੀ ਜੋ ਉਹ ਨਾ ਸੁਣਦੇ ਜਾ ਰਹੇ ਪਰ ਅੱਜ ਪਰਮੇਸ਼ਵਰ ਤਿੰਨ ਤਰ੍ਹਾਂ ਨਾਲ ਤੁਹਾਡਾ ਗੱਲ ਕਰ ਰਿਹਾ ਆਪਣੇ ਸੇਵਕ ਦੇ ਵਿੱਚ ਹੁੰਦੀ ਆਪਣੇ ਬੱਚ ਕੋਲ ਆਪਣੇ ਆਤਮ ਦੁਆਰਾ ਮੇਰੇ ਅਜੀ ਜੋ ਸਾਨੂੰ ਇਹਨਾਂ ਗੱਲਾਂ ਨੂੰ ਕਦੇ ਵੀ ਟਾਲਣਾ ਨਹੀਂ ਚਾਹੀਦਾ ਹਰ ਗੱਲ ਨੂੰ ਬੜੇ ਗੌਰ ਨਾਲ ਧਿਆਨ ਨਾਲ ਸੁਣਨਾ ਚਾਹੀਦਾ ਪੁਰਾਣੇ ਸਮੇਂ ਤੋਂ ਅੱਜ ਤੱਕ ਜਿੰਨੇ ਵੀ ਲੋਕਾਂ ਨੇ ਪਰਮੇਸ਼ਵਰ ਦੀ ਵਚਨ ਨੂੰ ਧਿਆਨ ਨਾਲ ਸੁਣਿਆ ਉਹਨਾਂ ਲੋਕਾਂ ਨੇ ਆਸ਼ੀਸ਼ ਪਾਈ ਅੱਜ ਵੀ ਜਿੰਨੇ ਲੋਕ ਪਰਮੇਸ਼ਵਰ ਦੇ ਪਾਕ ਕਲਾਮ ਨੂੰ ਧਿਆਨ ਨਾਲ ਸੁਣਦੇ ਨੇ ਉਹ ਆਸ਼ੀਸ਼ ਪਾਉਂਦੇ ਉਹ ਬਰਕਤ ਪਾਉਂਦੇ ਨੇ ਉਹ ਗਵਾਹੀਆਂ ਦਿੰਦੇ ਨੇ ਕਿ ਰੱਬ ਨੇ ਮੇਰੀ ਜ਼ਿੰਦਗੀ ਵਿੱਚ ਵੱਡੇ ਵੱਡੇ ਕੰਮ ਕੀਤੇ ਨੇ ਪਰ ਅੱਜ ਅਨੇਕਾਂ ਹੀ ਲੋਕ ਨੇ ਜਿਹੜੇ ਇਹ ਵੀ ਗੱਲ ਕਹਿੰਦੇ ਨੇ ਕਿ ਸਾਨੂੰ ਅਜੇ ਤੱਕ ਕੁਝ ਮਿਲਿਆ ਹੀ ਕਿਉਂ ਨਹੀਂ ਮਿਲਿਆ ਕਿ ਉਹਨਾਂ ਰੱਬ ਦੀਆਂ ਗੱਲਾਂ ਤੇ ਗੌਰ ਨਹੀਂ ਕੀਤੀ ਹਾਲੇਲੂਯਾ ਕਿ ਜਦੋਂ ਨੂਹ ਨੇ ਗੌਰ ਕੀਤੀ ਤਾਂ ਸਾਰਾ ਪਰਿਵਾਰ ਬਚ ਗਿਆ ਪਰ ਨੂਹ ਦੀਆਂ ਕਈਆਂ ਗੱਲਾਂ ਤੇ ਲੋਕਾਂ ਨੇ ਗੌਰ ਨਹੀਂ ਕੀਤੀ ਤਾਂ ਬਚੇ ਨਹੀਂ ਸਕੇ ਉਹ ਪਾਣੀ ਚ ਡੁੱਬ ਕੇ ਮਰ ਗਏ ਹਾਲੇਲੂਯਾ ਜਦ ਤੱਕ ਆਦਮ ਤੇ ਹਵਾ ਪਰਮੇਸ਼ਵਰ ਦੀਆਂ ਗੱਲਾਂ ਤੇ ਗੌਰ ਕਰਦੇ ਰਹੇ ਤਦ ਤੱਕ ਆਦਮ ਦੇ ਵਿੱਚ ਬਣੇ ਰਹੇ ਪਰ ਜਿਸ ਦਿਨ ਉਹਨਾਂ ਗੱਲ ਨੂੰ ਅਣਗੌਰ ਕਰ ਦਿੱਤਾ ਟਾਲ ਦਿੱਤਾ ਰੱਬ ਦੀ ਗੱਲ ਨੂੰ ਨਾ ਮੰਨਿਆ ਤੇ ਪੂਰਾ ਕਰ ਤੋਂ ਆਪਣੇ ਮਨ ਨੂੰ ਫੇਰ ਦਿੱਤਾ ਹੈ ਤੇ ਮੇਰੇ ਅਜੀ ਜੋ ਅੱਜ ਕੀ ਹੋਏ ਉਹ ਬਰਬਾਦ ਹੋ ਕੇ ਤੇ ਬਾਗ ਦੇ ਵਿੱਚੋਂ ਕੱਢੇ ਗਏ ਜੇਕਰ ਕਿ ਕਿਸੇ ਵੀ ਗੱਲ ਨੂੰ ਕਦੇ ਵੀ ਟਾਲ ਮਟਾ ਲਾ ਸਗੋਂ ਏਦਾਂ ਕਰਕੇ ਕਹੋ ਇਹ ਗੱਲ ਮੇਰੇ ਲਈ ਅਤਿ ਅੰਤ ਜ਼ਰੂਰੀ ਹੈ ਜੋ ਮੈਨੂੰ ਪਰਮੇਸ਼ਵਰ ਦੇ ਬੱਚੇ ਵਿੱਚੋਂ ਇਹ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਮੈਨੂੰ ਪੂਰਾ ਕਰਾਂ ਕਿਉਂਕਿ ਇਹੀ ਗੱਲ ਪਾਕ ਕਲਾਮ ਮੇਰੇ ਲਈ ਅੱਜ ਬਰਕਤ ਹੈ ਇਹ ਸੱਚ ਆ ਜਿਹੜੇ ਬੱਚੇ ਨੂੰ ਪੂਰਾ ਕਰਦੇ ਨੇ ਬਰਕਤ ਪਾਉਂਦੇ ਨੇ ਕਿਉਂਕਿ ਮੇਰੇ ਅਜੀ ਜੋ ਅੱਜ ਮੇਰੇ ਯਸ਼ੂ ਨੇ ਆਪਣੇ ਸੇਵਕਾਂ ਦੀ ਗੱਲ ਕਹੀ ਸੀ ਜਦੋਂ ਲੂਕਾ ਦੀ ਕਿਤਾਬ ਉਹਦੇ 10 ਦੀ 16 ਆਦ ਪੜ੍ਹਦੇ ਵਿੱਚ ਪੜ੍ਹਦੇ ਆ ਉੱਥੇ ਲਿਖਿਆ ਜੋ ਤੁਹਾਡਾ ਆਦਰ ਕਰਦਾ ਤੇ ਉਹ ਮੇਰਾ ਆਦਰ ਕਰਦਾ ਯਸ਼ੂ ਸਿਰੀ ਕਾ ਜੋ ਤੁਹਾਡਾ ਨਿਰਾਦਰ ਕਰਦਾ ਤੇ ਉਹ ਮੇਰਾ ਨਿਰਾਦਰ ਕਰਦਾ ਜਿੱਥੇ ਮੇਰੇ ਅਜੀ ਪੜ੍ਹ ਪ੍ਰਭੂ ਜਿਹੜਾ ਸੇਵਕਾਂ ਦੀਆਂ ਗੱਲਾਂ ਤੇ ਜ਼ਿਕਰ ਮੇਰੇ ਅਜੀ ਨੂੰ ਵਿਸ਼ਵਾਸ ਕਰਦਾ ਜਿਹੜਾ ਰੱਬ ਦੇ ਵਚਨ ਨੂੰ ਮਨਦਾਰ ਤੇ ਪ੍ਰਤੀਤ ਕਰਦਾ ਇਹ ਮੇਰੇ ਅਜੀ ਜੋ ਸਮਝ ਲਓ ਉਹ ਰੱਬ ਦਾ ਤੇ ਰੱਬ ਦੇ ਖਾਦਮ ਦਾ ਕੀ ਕਰਦਾ ਹੈ ਆਦਰ ਕਰਦਾ ਹੈ ਹਾਲੇਲੂਯਾ ਸੋ ਮੇਰੇ ਅਜੀ ਇਸ ਕੇ ਰੱਬ ਦਾ ਸ਼ੁਕਰ ਹੈ ਅੱਜ ਸਮਾਂ ਪਰਮੇਸ਼ਰ ਨੇ ਗੱਲ ਕੀਤੀ ਇਸ ਵਚਨ ਵਿੱਚ ਲਿਖਿਆ ਹੋਇਆ ਕਿ ਜੋ ਮੇਰੇ ਦਾਸ ਨੂੰ ਕੋਈ ਹਾਨੀ ਪਹੁੰਚਾਉਂਦਾ ਮੇਰੇ ਦਾਸ ਦਾ ਕੋਈ ਨੁਕਸਾਨ ਕਰਦਾ ਜਾਂ ਮੇਰੇ ਦਾਸ ਨੂੰ ਹੱਥ ਪਾਉਂਦਾ ਉਹ ਮੇਰੀ ਅੱਖ ਦੀ ਪੁਤਲੀ ਨੂੰ ਛੇੜਦਾ ਕਿਉਂਕਿ ਮੇਰੇ ਅਜੀਬ ਭੈਣ ਪ੍ਰਭੂ ਪਰਮੇਸ਼ਵਰ ਵਚਨ ਦੁਆਰਾ ਸਾਨੂੰ ਸਮਝਾਉਂਦਾ ਪਰ ਪੁਰਾਣੇ ਸਮੇਂ ਤੋਂ ਲੈ ਕੇ ਅੱਜ ਤੱਕ ਜਿੰਨਿਆਂ ਵੀ ਰੱਬ ਦੀ ਆਵਾਜ਼ ਨੂੰ ਸੁਣ ਲਿਆ ਤੇ ਪਰਮੇਸ਼ਵਰ ਨੇ ਉਹਨਾਂ ਨੂੰ ਬੁਲੰਦੀਆਂ ਤੇ ਜਾਣ ਦਾ ਵਾਅਦਾ ਕੀਤਾ ਹੈ ਆਉਂਦੀ ਆਫ਼ਤ ਤੋਂ ਬਚਾਉਣ ਦਾ ਵਾਅਦਾ ਕੀਤਾ ਹੈ ਜਦੋਂ ਪਰਮੇਸ਼ਵਰ ਆਦਮ ਦੇ
ਹਵਾ ਨਾਲ ਬੋਲਦਾ ਸੀ, ਉਹਨੂੰ ਕਹਿੰਦਾ ਸੀ ਫਲ ਨਾ ਖਾਇਓ ਤੁਸੀਂ ਮੌਤ ਤੋਂ ਬਚ ਜਾਓਗੇ, ਪਰ ਜਦ ਤੱਕ ਉਹ ਇਸ ਗੱਲ 'ਤੇ ਟਿਕੇ ਰਹੇ ਮੌਤ ਤੋਂ ਬਚੇ ਰਹੇ, ਪਰ ਜਿਸ ਦਿਨ ਇਸ ਗੱਲ ਨੂੰ ਭੁਲਾ ਕੇ ਉਹਨਾਂ ਨੇ ਮੇਰੇ ਅਜੇ ਹੁਕਮ ਤੋੜ ਦਿੱਤਾ ਹੈ ਜੋ ਨਹੀਂ ਕਰਨ ਵਾਸਤੇ ਕਿਹਾ ਸੀ ਉਹ ਕੀਤਾ, ਅਤੇ ਉਹ ਮੌਤ ਦੇ ਮੂੰਹ ਵਿੱਚ ਲੈ ਗਏ। ਇਹ ਵਚਨ ਸਾਡੇ ਲਈ ਛੁਟਕਾਰਾ ਹੈ, ਜਦ ਤੱਕ ਇਹ ਵਚਨ ਵਿੱਚ ਰਵਾਂਗੇ, ਵਚਨ ਨੂੰ ਪੂਰਾ ਕਰਾਂਗੇ, ਤਦ ਤੱਕ ਕਦੀ ਵੀ ਕੋਈ ਮੁਸੀਬਤ ਸਾਡੇ 'ਤੇ ਆ ਨਹੀਂ ਸਕਦੀ, ਕੋਈ ਵੀ ਸ਼ੈਤਾਨ ਸਾਡੇ 'ਤੇ ਹੈਵੀ ਹੋ ਸਕਦਾ, ਕੋਈ ਵੀ ਮੁਸ਼ਕਲ ਸਾਨੂੰ ਸਤਾ ਨਹੀਂ ਸਕਦਾ, ਕੋਈ ਵੀ ਪਰੇਸ਼ਾਨੀ ਸਾਡਾ ਕੋਈ ਨੁਕਸਾਨ ਨਹੀਂ ਕਰ ਸਕਦਾ। ਪਰ ਵਚਨ ਵਿੱਚ ਰਹਿਣਾ, ਵਚਨ ਨੂੰ ਮੰਨਣਾ, ਵਚਨ ਦੀ ਪਾਲਣਾ ਕਰਨਾ। ਸੋ ਮੇਰੇ ਅਜੀ ਜੋ ਪਰਮੇਸ਼ਵਰ ਉਦੋਂ ਵੀ ਬੁਲਾਉਂਦਾ ਸੀ ਆਦਮ ਅਤੇ ਹਵਾ ਨੂੰ, ਅੱਜ ਮੈਨੂੰ ਤਾਂ ਤੁਹਾਨੂੰ ਵੀ ਬੁਲਾਉਂਦਾ, ਮਤਲਬ 11:28 ਵਿੱਚ ਲਿਖਿਆ ਨਾ, ਅੱਜ ਵੀ ਉਹ ਮੇਰੇ ਯੱਸੂ ਬੁਲਾਉਂਦਾ। ਹਾਲੇਲੂਯਾ, ਹਾਲੇਲੂਯਾ। ਸੋ ਮੈਂ ਦੱਸ ਰਿਹਾ ਸੀ ਪਰਮੇਸ਼ਵਰ ਪਹਿਲਾਂ ਆਪ ਬੋਲਦਾ ਸੀ, ਮੁੜ ਕੇ ਦੂਤਾਂ ਦੇ ਵਸੀਲੇ ਗੱਲਾਂ ਕੀਤੀਆਂ, ਫਿਰ ਤੀਜੀ ਗੱਲ ਆਪਣੇ ਪੁੱਤਰ ਯੱਸੂ ਦੇ ਦੁਆਰਾ ਸੰਸਾਰ ਵਿੱਚ ਆ ਕੇ ਮੈਨੇ ਤੁਹਾਡੇ ਨਾਲ ਗੱਲਾਂ ਕੀਤੀਆਂ ਬਚਾਉਣ ਦੇ ਲਈ। ਮੇਰੇ ਅਜੀ ਜੋ ਉਹਨੇ ਬੜੀ ਅਪਰਾਧੀ ਕੀਤੀ, ਪਰ ਜਿਹਨਾਂ ਨੇ ਮੰਨ ਲਿਆ ਉਹ ਯੱਸੂ ਦੇ ਨਾਲ ਰਹਿ ਕੇ ਵੀ ਬਚ ਗਏ, ਪਰ ਜਿਹਨਾਂ ਨਹੀਂ ਮੰਨਿਆ ਉਹ ਯੱਸੂ ਮਸੀਹ ਦੇ ਨਾਲ ਰਹਿ ਕੇ ਵੀ ਨਾਸ ਹੋ ਗਏ। ਮੇਰੇ ਅਜੀ ਭੈਣ ਪ੍ਰਭੂ ਉਹ ਅੱਜ ਵੀ ਇਹੀ ਗੱਲ ਹੈ, ਜਿਹੜੇ ਬੱਚੇ ਨੂੰ ਪੂਰਾ ਕਰਦੇ ਨੇ ਉਹ ਅੱਜ ਵੀ ਵੱਡੀਆਂ ਆਸ਼ੀਸ਼ਾਂ ਪਾਉਂਦੇ ਨੇ, ਪਰ ਜਿਹੜੇ ਨਹੀਂ ਮੰਨਦੇ ਉਹ ਅੱਜ ਸੰਗਤਾਂ ਵਿੱਚ ਵੀ ਰਹਿ ਕੇ ਬਰਬਾਦ ਹੁੰਦੇ ਜਾ ਰਹੇ। ਸੰਗਤ ਵਿੱਚ ਰਹਿਣਾ ਤੇ ਵਚਨ ਨੂੰ ਪੂਰਾ ਕਰਨਾ, ਸੰਗਤ ਵਿੱਚ ਰਹਿ ਕੇ ਜੇ ਵਚਨ ਨਹੀਂ ਪੂਰਾ ਕਰਦੇ ਤੇ ਇਕੱਲਾ ਸੰਗਤ ਵਿੱਚ ਰਹਿ ਕੇ ਅਸੀਂ ਬਾਅਦ ਚ ਨਹੀਂ ਸਕਦੇ। ਕਿਉਂ ਜੇ ਸੰਗਤ ਵਿੱਚ ਆ ਤੇ ਵਚਨ ਵੀ ਪੂਰਾ ਕਰਨਾ ਬੜਾ ਜ਼ਰੂਰੀ ਹੈ, ਤਾਂ ਹੀ ਸਾਡਾ ਬਚਾਇਆ, ਤਾਂ ਹੀ ਬੱਚੇ ਰਹਿ ਸਕਦੇ ਆ। ਖੁਦਾ ਤੁਹਾਨੂੰ ਇਸ ਵਚਨ ਦੀ ਆਸ਼ੀਸ਼ ਦੇਵੇ, ਆਓ ਆਪਣੇ ਆਪ ਨੂੰ ਵਾਧਾ ਕਰਾਂਗੇ, ਬਾਕੀ ਸਮਾਂ ਵਾਹਿਗੁਰੂ ਜੀ ਦਾ ਦੇਵਾਂਗੇ। ਖੁਦਾ ਥੈਂਕ ਯੂ ਜੀਸਸ, ਆਈ ਅੱਖਾਂ ਬੰਦ ਕਰ ਲਈਏ ਦੁਆ ਦੇ ਵਿੱਚ, ਮੈਂ ਥੋੜਾ ਸਮਾਂ ਸਭ ਦੁਆ ਕਰਾਂਗੇ ਪ੍ਰਭੂ ਦੇ ਵਚਨ ਦੇ ਲਈ, ਬਾਣੀ ਦੇ ਲਈ ਸੁਣਾਏ ਪੈਗਾਮ ਦੇ ਸਭ ਥੋੜਾ ਸਮਾਂ ਧੰਨਵਾਦ ਕਰਾਂਗੇ। ਸਭ ਤੇ ਦਿਆ ਕਰ, ਸੁਣਨ ਵਾਲਿਆਂ ਦੀ ਗੱਲ ਕਰ, ਕਿਰਪਾ ਕਰਦੇ ਨੂੰ ਗ੍ਰਹਿ ਕਰੋ, ਯੇਸ਼ੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੀਨ। ਆਏ ਅੱਖਾਂ ਨੂੰ ਬੰਦ ਰੱਖੀਏ, ਸਿਰਾਂ ਚੁਕਾਈ ਰੱਖੀਏ, ਆਖਰ ਦੇ ਦੁਆ ਕਰਾਂਗੇ। ਖੁਦਾ ਦਾਸ ਹੋ ਰਹੀ, ਸ਼ੁਕਰ ਹੈ ਪ੍ਰਭੂ ਪਿਆਰੇ ਬਾਪ, ਵਾਪਸ ਮਾਨੇ ਤੇਰਾ ਧੰਨਵਾਦ, ਫਿਰ ਤੋਂ ਤੇਰੇ ਸ਼ੁਕਰ ਗੁਜ਼ਾਰ ਹਾਂ, ਤੇਰੀਆਂ ਸਭ ਭਲਾਈਆਂ ਚੰਗਾਈਆਂ ਤੇ ਆਸ਼ੀਸ਼ਾਂ ਤੇਰੀਆਂ ਬਰਕਤਾਂ ਜਿੱਤੀ ਹੋਈ ਜ਼ਿੰਦਗੀ ਜ਼ਿੰਦਗੀ ਦੇ ਸਾਹਮਣੇ ਪ੍ਰਭੂ ਅਸੀਂ ਵੇਖਦੇ ਜਾਣਦੇ ਹਾਂ। ਅੱਜ ਦੇ ਦਿਨ ਤੋਂ ਪਹਿਲਾਂ ਲੱਖਾਂ ਕਰੋੜਾਂ ਦੇ ਧਰਤੀ ਨੂੰ ਸਲਾਣਾ ਕਰਕੇ, ਪਰ ਤੂੰ ਸਾਨੂੰ ਆਪਣੀ ਕਿਰਪਾ ਦੁਆਰਾ ਜਿਉਂਦੇ ਸਲਾਮਤ ਰੱਖਿਆ ਸਵਾ, ਇਸ ਲਈ ਕਿ ਅਸੀਂ ਤੇਰਾ ਧੰਨਵਾਦ, ਅਸੀਂ ਤੇਰਾ ਸ਼ੁਕਰ ਕਰਦੇ ਹਾਂ ਤੁਸੀਂ ਕਿਰਪਾ, ਦੁਆ ਕਰਦੇ ਹਾਂ ਇਹ ਤੁਸੀਂ ਸਾਰੀ ਸੰਗਤ ਲਈ, ਸਭ ਬੱਚੇ ਬਜ਼ੁਰਗਾਂ ਦੇ ਲਈ, ਤੂੰ ਬੜੀ ਬਰਕਤ ਦੀ ਸੇਵਾਦਾਰ ਭੈਣਾਂ ਭਰਾਵਾਂ ਦੀ ਕਿਰਪਾ, ਇਸ ਕਰੀ ਸਭ ਜਿੰਨੇ ਵੀ ਰੋਗੀ ਦੁਖੀ ਮਾਂ ਦੇ ਬਿਮਾਰ ਨੇ ਸਭ ਨੂੰ ਚੰਗਾ ਕਰ, ਜਿੰਨੀਆਂ ਤੇਰੀਆਂ ਬੱਚੀਆਂ ਬੇਅਲਾਦ ਨੇ ਬੰਦ ਕੁੱਖਾਂ ਨੂੰ ਕੋਲ ਬਾਂਝਪਾਂ ਨੂੰ ਖਤਮ ਕਰ, ਜਿੰਨੀਆਂ ਤੇਰੀਆਂ ਬੱਚੀਆਂ ਦੇ ਕੋਲ ਸਿਰਫ ਤੇ ਸਿਰਫ ਬੇਟੀਆਂ ਨੇ ਉਹਨਾਂ ਨੂੰ ਬੇਟਿਆਂ ਦੀ ਮਲਾਸ਼ ਦੇ, ਨੰਦ ਨੂੰ ਪੂਰਾ ਕਰ, ਕਾਟਾ ਤੋੜ ਦੇ, ਸਾਰੀ ਕਲੀਸਿਯਾ ਦੇ ਘਰਾਂ ਤੇ ਪਰਿਵਾਰਾਂ ਤੇ ਬੱਚਿਆਂ ਤੇ ਬਜ਼ੁਰਗਾਂ ਤੇ ਤੇਰਾ ਵੱਡਾ ਫਜ਼ਲ ਚਾਹੁੰਦਾ, ਇੱਕ ਇੱਕ ਦਾ ਇਮਾਨ ਵਧੇ, ਲੋਕ ਬਰਕਤ ਪਾਉਣ, ਜਿਹੜੀਆਂ ਤੇਰੀਆਂ ਬੱਚੀਆਂ ਤੇਰੇ ਬੱਚੇ ਤੇ ਲੋਕ ਸੇਵਾ ਦਾ ਬੋਝ ਰੱਖਦੇ ਨੇ ਪ੍ਰਭੂ, ਤੂੰ ਮੇਰੇ ਨਾਲੋਂ ਬਿਹਤਰ ਬਹੁਤਾ ਜਾਣਦਾ, ਉਹਨਾਂ ਸਭ ਲੋਕਾਂ ਨੂੰ ਬੜੀ ਬਰਕਤ ਦੇ ਜੋ ਅੱਜ ਤੱਕ ਇਮਾਨ ਤੋਂ ਕਮਜ਼ੋਰ ਨੇ, ਉਹਨਾਂ ਨੂੰ ਹੋਰ ਇਮਾਨ ਵਾਲਾ ਜੀਵਨ ਦੇ, ਉਹਦੇ ਘਰਾਂ ਪਰਿਵਾਰਾਂ ਦਾ ਪਾਲਾ ਕਰ, ਬੱਚੇ ਦੁਆਰਾ ਚੱਲਣੇ ਆਪਣੇ ਉੱਪਰ ਬਰਕਤ ਦੇ, ਜੋ ਵਚਨ ਦਾ ਬੀਜ ਦਿਲਾਂ ਦੀਆਂ ਜ਼ਮੀਨਾਂ ਉੱਤੇ ਬੀਜਿਆ ਗਿਆ ਵਚਨ ਵਧੇ, ਜ਼ਿੰਦਗੀਆਂ ਫਲਦਾਇਕ ਬਣ, ਤੇਰਾ ਵਚਨ ਕਦੇ ਵੀ ਬੇਅੰਜਾਮ ਵਾਪਸ ਨਹੀਂ ਹੁੰਦਾ, ਸਭ ਸੁਣ ਵਾਲਿਆਂ ਤੇ ਤੇਰਾ ਫਜ਼ਲ ਹੋ ਜਾਵੇ, ਗੋਦਵਾਲ ਦੀ ਸਾਰੀ ਸੰਗਤ ਨੂੰ ਬੜੀ ਬਰਕਤ ਦੇ, ਸਭ ਬੱਚਿਆਂ ਦੀ ਕਿਰਪਾ ਕਰ, ਇੱਕ ਮੈਂ ਉਹਨੂੰ ਆਪਣੇ ਹੱਥਾਂ ਵਿੱਚ ਲੈ ਕੇ ਤੂੰ ਸਵਾਲੀ, ਉਹ ਕ੍ਰਿਸ਼ਨ ਬਾਜ਼ਾਰ ਕਰ, ਪਿੰਡ ਕੋਗਲਪੁਰ ਦੀ ਸਾਰੀ ਸੰਗਤ ਨੂੰ ਬੜੀ ਬਰਕਤ ਦੇ, ਇੱਕ ਇੱਕ ਮੈਂਬਰ ਦੀ ਕਿਰਪਾ ਕਰ, ਇਹਦਾ ਧੰਨਵਾਦ ਕਰਦੇ ਹਾਂ। ਬਿਲਕੁਲ ਪ੍ਰਭੂ, ਇਹ ਜੋ ਭਿਆਨਕ ਬਿਮਾਰੀ ਦਾ ਦੌਰ ਪੂਰੇ ਸੰਸਾਰ ਵਿੱਚ ਹੈ, ਬਿਲਕੁਲ ਪ੍ਰਭੂ ਇਸ ਪੂਰੇ ਬਿਮਾਰੀ ਦੇ ਦੌਰ ਨੂੰ ਤੂੰ ਖਤਮ ਕਰ, ਭਿਆਨਕ ਬਿਮਾਰੀ ਇਹ ਪੂਰਾ ਰੋਗ ਸਾਰੇ ਸੰਸਾਰ ਵਿੱਚੋਂ ਦੂਰ ਕਰ, ਮੇਰੀ ਖਾਸ ਕਰਕੇ ਦਵਾਈ ਪ੍ਰਭੂ ਇਸ ਬਿਮਾਰੀ ਤੋਂ ਲੋਕਾਂ ਨੂੰ ਬਚਾ, ਇਹ ਸਭ ਨੂੰ ਬਚਾ ਕੇ ਆਪਣੇ ਰਾਜ ਲਈ ਤਿਆਰ ਕਰ, ਹਰ ਇੱਕ ਸਕਲਾਂ ਤੋੜ ਦੇ, ਮੈਂ ਚਾਹੁੰਦਾ ਕਿ ਸਾਰੀ ਦੁਨੀਆਂ ਤੇ ਰਾਜ ਬਚਾਈ ਜਾਏ, ਮੈਂ ਜਾਣਦਾ ਪ੍ਰਭੂ ਕਿ ਤੂੰ ਹਰ ਇੱਕ ਇਨਸਾਨ ਨੂੰ ਬਚਾਉਣ ਲਈ ਆਪਣੀ ਜਾਨ ਦਾ ਕਫਾਰਾ ਦਿੱਤਾ ਹੈ, ਜੋ ਅੱਜ ਤੱਕ ਸ਼ੈਤਾਨ ਦੇ ਪੰਜੇ ਵਿੱਚ ਨੇ, ਸ਼ੈਤਾਨ ਦੇ ਗੁਲਾਮ ਨੇ, ਸ਼ੈਤਾਨ ਦੇ ਹੱਥ ਵਿੱਚ ਨੇ, ਉਹ ਤੇਰੇ ਤੋਂ ਦੂਰ ਨੇ ਪ੍ਰਭੂ,
ਉਹ ਸਾਰੀਆਂ ਸ਼ੈਤਾਨ ਦੇ ਚਾਲਾਂ ਨੂੰ ਫਿਰ ਕਰ ਦੇ, ਉਹ ਸਾਰੇ ਸ਼ੈਤਾਨ ਦੇ ਬੰਧਨਾਂ ਤੋੜ, ਉਹਨਾਂ ਨੂੰ ਹੁਣ ਆਜ਼ਾਦ ਕਰ ਦੇ, ਆਪਣੇ ਸਵਰਗ ਦੇ ਵਾਰਸ ਬਣਾ ਲੈ। ਦੁਆ ਕਰਦੇ ਪ੍ਰਭੂ ਬੀਤੀ ਗਏ ਸਮੇਂ ਸੰਭਾਲ ਤੇਰਾ ਸ਼ੁਕਰ, ਤੂੰ ਕਿਰਪਾ ਕਰ ਜੋ ਖੁਦਾ ਦਾ ਇਕੱਠੇ ਹੋਣ ਦੇ ਵਿੱਚ ਖੁਦਾ ਦਾ ਇਹ ਰੁਕਾਵਟਾਂ ਪੈ ਰਹੀ ਨੇ, ਪ੍ਰਭੂ ਰੁਕਾਵਟਾਂ ਤੋੜ ਦੇ, ਆਪਣੇ ਲੋਕਾਂ ਨੂੰ ਫਿਰ ਤੋਂ ਜਲਦ ਆਪਣੇ ਪਵਨ ਚ ਇਕੱਠੇ ਹੋ ਕੇ ਆਰਾਧਨਾ ਕਰਨੀ ਬਰਕਾ ਦੇ, ਤੇਰਾ ਪਵਿੱਤਰ ਆਤਮਾ ਅਗਵਾਈ ਕਰੇ, ਕਿਉਂਕਿ ਮੈਂ ਜਾਣਦਾ ਪ੍ਰਭੂ ਬੇਸ਼ੱਕ ਅੱਜ ਦੇ ਇਨਸਾਨ ਜਿੱਥੋਂ ਅਣਜਾਣ ਨੇ, ਪਰ ਅਸੀਂ ਜੋ ਲੋਕ ਤੇਰੇ ਖੁਦਾ ਦਾ ਜਾਣਦੇ ਹਾਂ, ਬੇਸ਼ੱਕ ਇਹ ਲੋਕ ਨਹੀਂ ਜਾਣਦੇ ਪਰ ਅਸੀਂ ਜਾਣਦੇ ਹਾਂ ਪਰਮੇਸ਼ਰ ਸੁਖਸੀਲ, ਕਿ ਇਹ ਬਿਮਾਰੀ ਇੱਕ ਪਾਪ ਦੀ ਮਜ਼ਦੂਰੀ ਹੈ, ਕਿਉਂਕਿ ਤੇਰੀ ਬਾਣੀ ਚ ਲਿਖਿਆ ਪਾਪ ਦੀ ਮਜ਼ਦੂਰੀ ਮੌਤ ਹੈ। ਬਿਲਕੁਲ ਪ੍ਰਭੂ ਮੈਂ ਜਾਣਦਾ ਕਿ ਇਹ ਪਾਪ ਦੇ ਕਰਕੇ ਹੈ, ਬਿਲਕੁਲ ਪ੍ਰਭੂ ਇਹਨਾਂ ਲੋਕਾਂ ਨੂੰ ਬਖਸ਼ ਦੇ, ਬਿਲਕੁਲ ਇਹਨਾਂ ਲੋਕਾਂ ਨੂੰ ਬਚਾਉਣ ਦੇ ਲਈ ਤੂੰ ਕਿਰਪਾ ਕਰ, ਕਿਰਪਾ ਨੂੰ ਬਹਾਲ ਕਰ, ਵੱਡੀ ਬਰਕਤ ਦੇ, ਸਭ ਲੋਕ ਆਪਣੇ ਗੱਲਾਂ ਤੋਂ ਤੋਬਾ ਕਰ ਲੈਣ ਤੇ ਤੇਰੇ ਸਵਰਗ ਦੇ ਵਾਰਸ ਬਣ ਜਾਣ, ਹਰ ਇਨਸਾਨ ਜਾਣ ਲਵੇ ਕਿ ਮੈਂ ਗੁਨੇਗਾ ਰਿਹਾ, ਮੈਂ ਖੁਦਾ ਦਾ ਗੁਨੇਗਾ ਰਿਹਾ, ਰੱਬ ਦਾ ਗੁਨੇਗਾ ਰਿਹਾ। ਬਿਲਕੁਲ ਪ੍ਰਭੂ ਤੱਕ ਲੋਕਾਂ ਨੂੰ ਸ਼ਾਸਕ ਦੇ, ਇੰਨੀ ਅਕਲ ਬੁੱਧ ਸਮਝ ਲਾਈ ਦੇ, ਲੋਕ ਆਪਣੇ ਗੱਲਾਂ ਨੂੰ ਮੰਨ ਕੇ ਛੱਡ ਦੇਣ ਤੇ ਤੈਨੂੰ ਮੁਕਤੀ ਦਾਤਾ ਗ੍ਰਹਿਣ ਕਰ ਲੈਣ। ਸਾਰੀਆਂ ਕ੍ਰਿਸ਼ਮ ਨੂੰ ਵਿਦਾਰ ਕਰ, ਬੱਚਿਆਂ ਬਜ਼ੁਰਗਾਂ ਨੂੰ ਬਰਕਤ ਦੇ, ਬਿਲਕੁਲ ਪ੍ਰਭੂ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਕੰਮ ਕਰੀ, ਸਾਰੀਆਂ ਰੁਕਾਵਟਾਂ ਤੋੜ ਦੇ, ਆਪਣੇ ਲੋਕਾਂ ਨੂੰ ਆਪਣੇ ਫੌਰਨ ਚ ਲੈ ਆਪਣੀ ਬਰਕਤ ਨੂੰ ਮੈਂ ਤੇਰੇ ਤਾਂ ਸੌਂਪ ਦਿੰਦਾ, ਆਪਣੇ ਹੱਥਾਂ ਚ ਲੈ ਸਵਾਲ ਮਦਦ ਕਰ, ਹਰ ਦੀ ਕੋਰੋਨਾ ਦੀ ਵਾਇਰਸ ਪੂਰੇ ਸੰਸਾਰ ਵਿੱਚੋਂ ਚਲਾ ਜਾਏ, ਹਰ ਦਾ ਕੋਰੋਨਾ ਦਾ ਵਾਇਰਸ ਪੂਰੇ ਸੰਸਾਰ ਵਿੱਚ ਚਲਾ ਜਾਏ, ਹਰ ਦਾ ਕੋਰੋਨਾ ਦਾ ਵਾਇਰਸ ਪੂਰੇ ਸੰਸਾਰ ਵਿੱਚੋਂ ਚਲਾ ਜਾਏ, ਯੀਸ਼ੂ ਦੇ ਨਾਮ ਸਭ ਦਾ ਹੋ, ਪ੍ਰੇਜ਼ ਲਾਰਡ ਪ੍ਰਭੂ, ਤੂੰ ਆਪਣੇ ਲੋਕਾਂ ਨੂੰ ਆਪਣੀ ਪਛਾਣ, ਤੈਨੂੰ ਜਾਣ ਕਿ ਤੂੰ ਜਿੰਦਾ ਪਾ, ਬਰਕਤ ਬੀਤ ਕੇ ਸੰਤ ਸਵਾਲ ਤੇਰਾ ਸ਼ੁਕਰ, ਤੂੰ ਆਪਣੇ ਬੱਚਿਆਂ ਦੇ ਉਸੇ ਦੇ ਪ੍ਰਭੂ, ਆਪਣੇ ਪਵਿੱਤਰ ਆਤਮ ਦਾ ਅਭਿਸ਼ੇਕ ਦੇ, ਤੇਰਾ ਰੂਹ ਤੇਰੇ ਬੱਚਿਆਂ ਦੀ ਅਗਵਾਈ ਕਰੇ, ਤਮਾਮ ਕਾਰਜਾਂ ਤੱਕ ਜਿਹੜੀਆਂ ਤੇਰੀਆਂ ਬੱਚਿਆਂ ਤੇਰੇ ਬੱਚੇ ਅੱਜ ਤੱਕ ਵਰਤਾ ਵਿੱਚ ਸਭ ਨੂੰ ਸਾ ਸ਼ਕਤੀ ਦੇ, ਜਿਹਨੇ ਨੇ ਵਰਤ ਖੋਲੇ ਪ੍ਰਭੂ ਨੂੰ ਬਰਕਤ ਦੇ, ਹਰ ਘਰ ਪਰਿਵਾਰ ਤਾਂ ਲਿਖਿਤ ਬਚਨ, ਹਰ ਘਰ ਪਰਿਵਾਰ ਸ਼ੁਕਰ ਕਰਦੇ ਹਾਂ ਜੀ, ਦਵਾਈ ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਆਮੀਨ। ਹੁਣ ਸਾਡੇ ਮਸੀਹ ਦਾ ਫਜ਼ਲ ਪਾਕ ਨੂੰ ਰਫਾਕਤ ਪਾਕ ਨੂੰ ਦੀ ਸਖਤ ਸਰਾਕਤ ਕੋਲ ਕਿਸੇ ਨਾਲ ਇਮਾਨਦਾਰ ਮਕਤ ਸੁਣੋ ਕਰਨਾ, ਜਿੰਨਾ ਜਿੰਨਾ ਤੋਂ ਲੋਕਾਂ ਨੇ ਆਵਾਜ਼ ਸੁਣਿਆ, ਬਿਲਕੁਲ ਪ੍ਰਭੂ ਪੂਰਾ ਸਭ ਲੋਕਾਂ ਨਾਲ ਮੁਦਲਾ ਕੇ ਹਮੇਸ਼ਾ ਹਮੇਸ਼ਾ ਆਮੀਨ ਆਮੀਨ ਆਮੀਨ। ਸਭ ਨੂੰ ਜਾਣ ਸੀ ਕਿ